प्यारे वीरो जापियम जय पार्थ नमो बुद्ध आचानक मेरा ध्यान ये साडे वीर जीरे बहुत शानदार इतिहासकार है और मैं काफी देर तो इनहां नो सुनता रहा जबो भी मेनू मौका मिलता है ओना दी गल ਮੇਰੇ ਸਾਹਮਣੇ ਆਉਂਦੀ ਹੈ ਤਾਂ ਮੈਂ ਉਹਨੂੰ ਸੁਣਦਾ ਹਾਂ ਔਰ ਮੈਂ ਪੰਜਾਬ ਦੇ ਵਿੱਚ ਜਿਹੜੇ ਸਿਰ ਕੱਢ ਵਿਦਵਾਨ ਆ ਵਾ ਵਿਦਵਾਨ ਨਹੀਂ ਬੁੱਧੀਮਾਨ ਚੰਤਕ ਇਤਿਹਾਸਕਾਰ ਖੋਜੀ ਹੈ ਜਿਨ੍ਹਾਂ ਦੀ ਦ੍ਰਿਸ਼ਟੀ ਔਰ ਸਿਆਣਪ ਬਹੁਤ ਦਿਸ਼ਾ ਚ ਬੈੰਦੀ ਹੈ ਉਹਨਾਂ ਚ ਇੱਕ ਕੇ ਸਾਡੇ ਵੀਰ ਆ ਔਰ ਜਿੰਨ ਦਾ ਨਾਮ ਇਹਨੂੰ ਭੁੱਲ ਗਿਆ ਤੁਸੀਂ ਸਾਰੇ ਜਾਣਦੇ ਹੋ ਅੱਜ ਦੋ ਭਰਾ ਸਾਡੇ ਆਮਨ ਸਾਹਮਣੀ ਕੋ ਖਾਸ ਗੱਲ ਕਰ ਰਹੇ ਜਿਹਨੂੰ ਜਿਹੜਾ ਜਿਹੜੀ ਚੀਜ਼ ਸਾਡਾ ਧਿਆਨ ਮੰਗਦੀ ਆ ਔਰ ਉਹਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਬਈਆਂ ਦੀ نسل ਪੈਦਾ ਹੋਣ ਵਾਲੀ ਆ ਉਹ ਪੂਰੀ ਵਿਆਖਿਆ ਕਰਨ ਤੋਂ ਥੋੜਾ ਗਰੇਜ਼ ਕੀਤਾ ਉਹਨੇ ਮਾਇਦੇ 'ਚ ਥੋੜੀਆਂ ਜੀਆਂ ਗੱਲਾਂ ਹੋਰ ਜੋੜ ਦੇਣੀਆਂ ਚਾਹੁੰਦਾ। ਕਿ ਇਹ ਗੱਲ ਇੰਨੀ ਸਰਲ ਨਹੀਂ ਜਿੰਨੀ ਸਰਲ ਕਹਿ ਦਿੱਤੀ ਗਈ ਆ। ਇਹ ਬਹੁਤ ਗੰਭੀਰ ਵਿਸ਼ਾ ਹੈ ਪੰਜਾਬ ਦਾ। ਔਰ ਇਹ ਜਾਤੀ ਹੰਕਾਰ 'ਚੋਂ ਪੈਦਾ ਹੋਇਆ ਹੈ। ਇਹ ਕੱਲੀ ਇੱਕ ਗੱਲ ਨਹੀਂ ਕਿ ਸਾਡਾ ਨੌਜਵਾਨ ਜਿਹੜਾ ਬੱਚੇ ਪੈਦਾ ਕਰਦੇ ਕਾਬਲ ਨਹੀਂ ਰਿਹਾ। ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਆਦਾ ਕਿ ਜਦੋਂ ਅਸੀਂ ਛੋਟੇ-ਛੋਟੇ ਬੱਚੇ ਮਜਬੀ ਚਮਾਰ ਜਲਾਹੇ ਬਾਜੀਕਰ ਭੌਰਗੇ ਜਹਾਉਰ ਛੋਟੀਆਂ ਜਾਤੀਆਂ ਦੇ ਲੋਕ ਖੇਤਾਂ ਦੇ ਵਿੱਚ ਕੰਮ ਕਰਨ ਜਾਂਦੇ ਤਾਂ ਤੁਸੀਂ ਮੇਰਾ ਇਹ ਯਕੀਨ ਕਰਿਓ ਕਿ ਸਾਨੂੰ ਦੋ ਵੇਲੇ ਚਾਹ ਦਿੱਤੀ ਜਾਂਦੀ ਔਰ ਦੋਨਾਂ ਵੇਲਿਆਂ 'ਚ ਸਾਡੀ ਚਾਹ ਦੇ ਵਿੱਚ ਫੀਮ ਪਾਈ ਜਾਂਦੀ ਔਰ ਮੈਂ ਉਹ ਦੌਰ ਵੀ ਦੇਖਿਆ ਜਦੋਂ ਸਾਡੀਆਂ ਔਰਤਾਂ ਜਿਹੜੀਆਂ ਪਿੰਡ ਦੀਆਂ ਔਰਤਾਂ ਜਿਨ੍ਹਾਂ ਨੂੰ ਜੱਟ ਔਰਤਾਂ ਕਿਹਾ ਜਾਂਦਾ ਹੈ ਬੰਦਿਆਂ ਦੀ ਗੱਲ ਛੱਡੋ ਉਹ ਖੁਦ ਚਾਹ ਵੇਲੇ ਲੈ ਜਦੋਂ ਜਾਂਦੀਆਂ ਤਾਂ ਹੱਤੀ ਦੇ ਉੱਚੋਂ ਹੱਤੀ ਤੋਂ ਪਾਈ ਆਪਾ ਜਿਹੜੀਆਂ ਉਹ ਜਿਹੜੀਆਂ ਨਸ਼ੇ ਵਾਲੀਆਂ ਜੜਦੇ ਵਾਲੀਆਂ ਕੁੜੀਆਂ ਉਹ ਲੈ ਕੇ ਜਾਂਦੇ ਆ ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਰਿਹਾ ਸਾਰਾ ਕੁਝ ਮਤਲਬ ਗਰੀਬ ਲੋਕ ਆ ਜਿਹੜੇ ਉਹ 50% ਐਸੀ ਸਥਿਤੀ ਚ ਪਹੁੰਚ ਗਏ ਸੀ ਔਰ ਖਾਸ ਕਰਕੇ ਮਜਬੀ ਜਾਤੀ ਦੇ ਲੋਕ ਜਿਹੜੇ ਸਿਰ ਤੋਂ ਬਿਨਾਂ ਕੋਈ ਕੰਮ ਨਹੀਂ ਸੀ ਕਰਦੇ ਉਹਨਾਂ ਦੀ ਇਹ ਜਿਹੜੀ ਨਸ਼ੇ ਦੀ ਆਦਤ ਜਾਂ ਰੋਟੀ ਕੱਟ ਮਿਲਣੀ ਜਾਂ ਰੋਟਿਸ ਜਣੀ ਮੈਂ ਦੇਖਿਆ ਕਿ ਜਿਹੜੀ ਦਾਣਾ ਪਸ਼ੂਆਂ ਵਾਸਤੇ ਹੁੰਦਾ ਬਹੁਤ ਘਰਾਂ 'ਚ ਉਹੇ ਜੀ ਰੋਟੀ ਪਕਾ ਕੇ ਦਿੱਤੀ ਜਾਂਦੀ ਐ ਲਾਂ ਨੂੰ ਕਦੀ ਗੰਡੇ ਨਾਲ ਕਦੀ ਇੱਕ ਅੱਦੇ ਆਲੂ ਨਾਲ ਕਦੇ ਕੱਲੀ ਲੱਸੀ ਨਾਲ ਰੋਟੀ ਮਹਈਆ ਹੁੰਦੀ ਔਰ ਫਿਰ ਫੀਮ ਉਹਨਾਂ ਨੂੰ ਚਾਹ ਦੇ ਵਿੱਚ ਸਵੇਰੇ ਸ਼ਾਮ ਔਰ ਹੌਲੀ-ਹੌਲੀ ਉਹ ਲੋਕ ਆ ਜਿਹੜੇ ਜਰਦਾ ਤੇ ਲੱਗੇ ਜੱਦ ਤੇ ਲਾਏ ਗਏ ਅਰਸਤੋਂ ਬਾਅਦ ਮੈਂ ਦੇਖਿਆ ਕਿ ਸਭ ਤੋਂ ਜ਼ਿਆਦਾ ਜਿਹੜੀ ਸਿਗਰਟ ਬੀੜੀ ਪੀਤੀ ਜਾਂਦੀ ਸੀ ਉਹ ਮਜਬੀਆਂ ਤੇ ਜੱਟਾਂ ਦੇ ਮੁੰਡੇ ਪੀਂਦੇ ਜੱਟਾਂ ਦੇ ਮੁੰਡੇ ਘੱਟ ਪੀਂਦੇ ਮਜਬੀ ਆਦਵੀ ਜਿਹੜੇ ਕੰਮ ਕਰਦੇ ਉਹ ਜ਼ਿਆਦਾ ਪੀਂਦੇ ਉਹਦਾ ਕਾਰਨ ਸੀ ਕਿ ਉਹਨਾਂ ਦੇ ਹੱਡਾਂ ਜਾਂ ਤਾਂ ਰਹੀ ਨਹੀਂ ਰੋਟੀਆਂ ਉਹਨਾਂ ਨੂੰ ਚੰਗੀ ਮਿਲਦੀ ਕੋਈ ਨਹੀਂ ਸੀ ਕਾਰੋਨਾ ਦੇ ਚੰਗੇ ਹੁੰਦੇ ਨਹੀਂ ਸੀ ਕੰਮ ਉਹਨਾਂ ਨੂੰ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਕਰਨਾ ਪੈਂਦਾ ਸੀ ਔਰ ਫਿਰ ਉਹਨਾਂ ਦੀ ਚਾਹ ਦੇ ਵਿੱਚ ਖੀਮ ਬਲਾਈ ਜਾਂਦੀ ਜਾਂ ਉਹਨਾਂ ਨੂੰ ਜਰਦੇ ਤੇ ਲਾਇਆ ਜਾਂਦਾ ਇਹਦਾ ਕਾਰਨ ਸੀ ਕਿ ਉਹਨਾਂ ਦੇ ਬੱਚੇ ਜਿਹੜੇ ਪੈਦਾ ਹੁੰਦੇ ਖਾਸ ਕਰਕੇ ਉਸ ਜਾਤੀ ਦੇ ਵਿੱਚ ਜਿਹੜੀ ਜਿਹੜੀ ਹੋਰ ਕੋਈ ਤੰਤਾ ਨਹੀਂ ਸੀ ਕਰਦੀ ਖੇਤੀ ਤੋਂ ਬਿਨਾਂ ਪੰਜਾਬ ਦੇ ਵਿੱਚ ਦੋ ਆਦਮੀ ਜਿਹੜਿਆ ਉਹ ਜ਼ਿਆਦਾ ਖੇਤੀ ਕਰਦੇ ਖੇਤੀ ਤੇ ਨਿਰਭਰ ਰਹੇ ਆ ਪੰਜਾਬ ਦਾ ਜੱਟ ਤੇ ਪੰਜਾਬ ਦਾ ਮੱਝਵੀ। ਔਰ ਦੋਆਬੇ ਦੇ ਵਿੱਚ ਜਿਹੜਾ ਚਮਾਰ ਤੇ ਜੱਟ। ਮਾਲਵੇ ਤੇ ਮਾਝੇ ਦੇ ਵਿੱਚ ਮੱਝਵੀ ਤੇ ਜਿਹੜਾ ਚਮਾਰ ਹੈ। ਚਮਾਰ ਘਟ ਹੈ ਮਾਲਵੇ 'ਚ ਘਟ ਰਿਹਾ। ਤਾਂ ਇਹ ਕਹਿਣ ਦਾ ਮਤਲਬ ਕਿ ਜਿਹੜੇ ਲੋਕ ਖੇਤੀ ਤੇ ਨਿਰਭਰ ਸੀ ਉਹਨਾਂ ਦੇ ਵਿੱਚ ਇਹ ਬਾੜੀਆਂ ਆਤਾਂ। کراچیੋਂ ਪੈਦਾ ਹੋਇਆ। ਅਰ ਇਸ ਤੋਂ ਵੀ ਇੱਕ ਹੋਰ ਖਾਸ ਗੱਲ ਨੋਟ ਕਰਨ ਵਾਲੀ ਹੈ ਕਿ ਮੇਰੇ ਦੌਰ ਦੇ ਵਿੱਚ ਜੱਟਾਂ ਦੇ ਮੁੰਡੇ ਜਿਨ੍ਹਾਂ ਦੇ ਕੋਲੇ ਜ਼ਮੀਨ ਥੋੜੀ ਸੀ। ਜੱਟਾਂ ਦੇ ਆਦਮੀ ਥੋੜੀ ਜ਼ਮੀਨ ਵਾਲੇ ਉਹ ਬੀੜੀ ਸੈਕਟ ਵੀ ਆਪ ਪਿੰਦੇ ਸੀ। ਸਿਕਟਾਂ ਘੱਟ ਪਿੰਦੇ ਸੀ। ਲੋਕ ਚੱਪਕੇ ਪਿੰਦੇ ਸੀ ਪਰ ਜਰਦਾ ਬਹੁਤ ਲਾਉਂਦੇ ਸੀ। ਥੀਮ ਵੀ ਖਾਂਦੇ ਸੀ। ਔਰ ਪਿੰਡ ਦੇ ਵਿੱਚ 100-100 ਆਦਮੀ ਇਸ ਤਰ੍ਹਾਂ ਦਾ ਆਰਾਮ ਨਾਲ ਜੱਟਾਂ ਚ ਮਿਲ ਜਾਂਦਾ ਸੀ। ਔਰ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਹੈ ਜਿਹੜੇ ਸ਼ਰਾਬ ਬਹੁਤ ਪੀਂਦੇ ਸੀ। ਜੱਟਾਂ ਦੇ ਘਰਾਂ ਚ ਸ਼ਰਾਬ ਜਿਹੜੀ ਹੈ ਉਹ ਪਾਣੀ ਵਾਂਗੂ ਵਰਤੀ ਜਾਂਦੀ ਸੀ। ਮੇਰਾ ਕਹਿਣ ਦਾ ਮਤਲਬ ਸਿਰਫ ਇੰਨਾ ਹੈ ਕਿ ਸ਼ਾਮ ਪੈਂਦਿਆਂ ਹੀ ਜੱਟਾਂ ਦੇ ਪੂਏ ਦੀ ਖੁੱਲ ਜਾਂਦੇ ਸੀ। ਕੋਈ ਘਰ ਐਸਾ ਨਹੀਂ ਸੀਦਾ ਮੁਸ਼ਕਲ ਨਾਲ ਹੀ ਲੱਭਦਾ ਸੀ ਜਿਹਦੇ ਘਰੇ ਸ਼ਾਮ ਨੂੰ ਜਿਹੜੇ ਬਜ਼ੁਰਗ ਹੈ ਬੱਚਿਆਂ ਨੂੰ ਛੱਡ ਕੇ 15 20 ਸਾਲ ਦੇ ਬੱਚੇ ਸ਼ਰਾਬ ਚ ਨਹੀਂ ਸੀ ਲਗਦੇ ਉਦੋਂ ਬਾਅਦ ਜਿਹੜੀ ਵੱਡੀ ਉਮਰ ਚਲੇ ਜਾਂਦਾ ਸੀ ਉਹ ਸ਼ਰਾਬ ਪੀਤੇ ਬਿਨਾ ਸੌਂਦੇ ਨਹੀਂ ਸੀ ਫੇਰ ਹੀ ਕੈਸਾ ਦੌਰ ਆਇਆ ਜਿਹਦੇ ਵਿੱਚ ਦੋ ਤੋ ਤਰ੍ਹਾਂ ਦੇਵੇ ਇਹ ਜਿਹੜਾ ਮੱਝ ਵੀ ਚਮਾਰ ਤੇ ਜੱਟ ਦੇ ਵਿਚਕਾਰ ਦੂਰੀ ਵਧੀ ਉਕੇ ਮਜਬੂਤ ਮਾਰ ਦੇ ਵਿੱਚ ਪੜੇ ਲਿਖੇ ਲੋਕ ਪੈਦਾ ਹੋ ਗਏ ਪੜੇ ਲਿਖੇ ਲੋਕਾਂ ਨੇ ਆਪਣਾ ਜਿਹੜਾ ਬੁਰਾ ਹਾਲ ਆ ਉਹਦੇ ਤੇ ਕਿੰਤੂ ਪ੍ਰੰਤੂ ਸ਼ੁਰੂ ਕੀਤਾ ਉਹ ਕਿੰਤੂ ਪ੍ਰੰਤੂ ਕਰ ਤੋਂ ਬਾਅਦ ਉਹ ਥੋੜਾ ਜਾ ਇਹ ਸੋਚਣ ਲੱਗੇ ਵੀ ਸਾਡਾ ਜੀਵਨ ਵੀ ਜੜਾ ਉਹ ਅੱਛਾ ਹੋਣਾ ਚਾਹੀਦਾ ਹੈ ਉਹ ਸਾਨੂੰ ਸਾਡੇ ਜੀਵਨ ਚ ਪਰਵਰਤਨ ਹੋਣਾ ਚਾਹੀਦਾ ਤਾਂ ਕੁਦਰਤੀ ਆ ਕਿ ਉਹ ਬਾਣੀ ਨਾਲ ਤਾਂ ਲੜਦੇ ਨਹੀਂ ਸੀ ਕਿਉਂਕਿ ਬਾਣੀਆਂ ਉਹਨਾਂ ਦੇ ਜੀਵਨ 'ਚ ਕੋਈ ਤਲਕ ਨਹੀਂ ਸੀ ਰੱਖਦਾ ਉਹਨਾਂ ਦੇ ਜੀਵਨ 'ਚ ਤਾਂ ਜੱਟ ਤਲਕ ਰੱਖਦਾ ਸੀ ਇਕੱਲਾ ਇਸ ਕਰਕੇ ਜੱਟ ਬਨਾਮ ਚਮਾਰ ਜੱਟ ਬਨਾਮ ਮਜਬੀ ਇਹ ਟਕਰਾ ਜੱਟ ਬਨਾਮ ਜਲਾਹੇ ਜਿਹੜੇ ਛਿੰਬੇ ਝੌਰ ਨਾਈ ਇਹਨਾਂ ਦਾ ਟਕਰਾ ਕਦੇ ਨਹੀਂ ਹੋਇਆ ਇਹ ਤੁਸੀਂ ਨੋਟ ਕਰਿਓ ਪੂਰੇ ਪੰਜਾਬ ਦੇ ਵਿੱਚ ਜੱਟ ਬਨਾਮ ਜਲਾਹਾ ਜੱਟ ਬਨਾਮ ਨਾਈ ਛਿੰਬਾ ਝੌਰ ਜਿਹੜਾ ਜਾਂ ਕੰਬੋ ਹੈ ਜਾਂ ਇਹ ਇਸ ਤਰ੍ਹਾਂ ਇਹ ਲੋਕਾਂ ਦਾ ਕਦੇ ਟਕਰਾ ਨਹੀਂ ਹੋਇਆ ਟਕਰਾ ਕਿਸ ਦਾ ਹੋਇਆ ਜੱਟ ਬਨਾਮ ਮਜਬੀ ਜੱਟ ਬਨਾਮ ਚਮਾਰ ਇਹ ਮੂਲ ਟਕਰਾ ਹੈ ਪੰਜਾਬ ਦਾ ਇਸ ਟਕਰਾਹ ਦੇ ਵਿੱਚੋਂ ਕੀ ਹੋਇਆ ਕਿ ਪੰਜਾਬ ਦਾ ਮਸ਼ੀਨੀਕਰਨ ਸ਼ੁਰੂ ਹੋਇਆ ਕਿ ਤਾ ਔਰ ਉਹਦੇ ਨਾਲ ਕੀ ਹੋਇਆ ਕਿ ਮਜਬੀ ਦੀ ਜ਼ਰੂਰਤ ਚਮਾਰ ਦੀ ਜ਼ਰੂਰਤ ਘਟ ਗਈ ਨੰਬਰ 2 ਤੇ ਇਹਨਾਂ ਲੋਕਾਂ ਨੇ ਥੋੜਾ ਜਿਹਾ ਆਬਦਾ ਮੈਂ ਤਾਂ ਨਾ ਜਿਹੜਾ ਉਹ ਜ਼ਿਆਦਾ ਮੰਗਣਾ ਸ਼ੁਰੂ ਕੀਤਾ ਮੈਂ ਤਾਂ ਦੇ ਨਾਲ ਨਾਲ ਉਹਨਾਂ ਨੇ ਜਿਹੜੀਆਂ ਘਰ ਚੋਂ ਵਸਤੂਆਂ ਮਿਲਦੀਆਂ ਸੀ ਖਾਣ ਪੀਣ ਵਾਸਤੇ ਉਹਦੇ ਵੱਲ ਵੀ ਥੋੜਾ ਜਾ ਰੋਸ ਪਰਿਆ ਜਿਹੜਾ ਰੋਸ ਪ੍ਰਵਾਨਸਕਤਾ ਪ੍ਰਗਟ ਕਰਨੀ ਸ਼ੁਰੂ ਕੀਤੀ ਔਰ ਫਿਰ ਜੋ ਗਾਲੀ ਗਲੋਚ ਹੁੰਦਾ ਸੀ ਉਹਦੇ ਖਿਲਾਫ ਵੀ ਇੱਕ ਮਾਨਸਿਕਤਾ ਉਭਰੀ ਉਹਦੇ ਨਾਲ ਕੀ ਹੋਇਆ ਕਿ ਉਹ ਜਿਹੜਾ فاਸਲਾ ਵੱਧਦਾ ਤੁਰਾਂ ਗਿਆ ਮੈਂ ਤੁਹਾਨੂੰ ਇਹ ਗੱਲਾਂ ਇਸ ਕਰਕੇ ਕਹਿ ਰਿਹਾ ਕਿ ਮੈਂ ਉਸ ਜਮਾਤ ਦਾ ਜਾਨੀ ਉਸ ਜਿਹੜੀ ਦਿੜੀਦਾਰ ਜਮਾਤ ਆ ਪੰਜਾਬ ਦੀ ਮੈਂ ਉਹਦਾ ਇੱਕੰਗ ਹੈ ਔਰ ਮੈਂ ਪੰਜਾਬ ਦੇ ਵਿੱਚ ਹੀ ਪੈਦਾ ਹੋਇਆ ਇੱਥੇ ਹੀ ਪੜਿਆ ਇੱਥੇ ਹੀ ਵੱਡਾ ਹੋਇਆ ਮੈਂ ਪਿੰਡਾਂ ਦੇ ਜੀਵਨ ਨੂੰ ਬਹੁਤ ਕਰੀਬ ਤੋਂ ਦੇਖਿਆ ਆਮ ਆਦਮੀ ਨਹੀਂ ਦੇਖਦਾ ਉਸ ਤਰ੍ਹਾਂ ਜਿਸ ਤਰ੍ਹਾਂ ਮੈਂ ਦੇਖਦਾ ਨਤੀਜੇ ਵਜੋਂ ਮਜਬੀ ਤੇ ਚਮਾਰ ਆ ਜਿਹੜੇ ਉਹ ਦਿਹਾੜੀ ਤੋਂ ਕੰਨੀ ਕਤਰਾ ਕੇ ਆਪਣੇ ਧੰਧਿਆਂ ਵੱਲ ਮੁੜ ਗਏ ਉਹਨਾਂ ਕਿਸੇ ਨੇ ਸਾਈਕਲ ਚੁੱਕ ਲਿਆ ਕਿਸੇ ਨੇ ਸਬਜ਼ੀ ਵੇਚਣੀ ਸ਼ੁਰੂ ਕੀਤੀ ਕੋਈ ਸਾਈਕਲਾਂ ਨੂੰ ਪੈਂਚਰ ਲਾਉਣ ਲੱਗ ਗਿਆ ਕੋਈ ਆਦਮੀ ਟਾਇਰਾਂ ਨੂੰ ਪੈਂਚਰ ਲਾਉਣ ਲੱਗ ਗਿਆ ਕੋਈ ਰੇੜੀ ਵਾਉਣ ਲੱਗ ਗਿਆ ਕਿਸੇ ਨੇ ਇੱਟਾ ਪੱਥਰੀਆਂ ਸ਼ੁਰੂ ਕਰਤੀਆਂ ਕਿਸੇ ਨੇ ਝਾਰ ਲਾਉਣਾ ਸ਼ੁਰੂ ਕਰਤਾ ਕੋਈ ਮੰਡੀ ਚ ਜਾ ਕੇ ਜਿਹੜਾ ਟਰੱਕ ਭਰਨੇ ਸ਼ੁਰੂ ਕਰਤੇ ਕਿਸੇ ਨੇ ਤਾਂ ਮਜਬੀ ਤੇ ਚਮਾਰ ਜਿਹੜਾ ਉਹ ਜੱਟ ਦੇ ਕੰਮ ਚੋਂ ਨਿਕਲ ਕੇ ਕਿਸਾਨੀ ਦੇ ਚੋਂ ਉਹ ਬਾਕੀ ਧੰਦਿਆਂ ਵੱਲ ਚਲਾ ਗਿਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਜਦੋਂ ਮੈਂ ਪੰਜਾਬ ਦੇ ਵਿੱਚ ਬਹੁਜੰਦੀ ਲਹਿਰ ਉਸਾਰੀ ਹੈ ਤਾਂ ਮੈਂ ਵਿਸ਼ੇਸ਼ ਤੌਰ ਤੇ ਆਪਣੇ ਲੋਕਾਂ ਨੂੰ ਇਹ ਕਹਿੰਦਾ ਰਹਿੰਦਾ ਸੀ ਕਿ ਵੀ ਤੁਹਾਨੂੰ ਧੰਦੇ ਬਦਲ ਲੈਣੇ ਚਾਹੀਦੇ ਆ ਇਹ ਗੁਲਾਮੀ ਵਾਲੇ ਧੰਦੇ ਜਿਹੜੇ ਆ ਉਹਨਾਂ ਤੋਂ ਗਰੇਜ ਕਰਨਾ ਚਾਹੀਦਾ ਲੋਕਾਂ ਨੇ ਤੇ ਅਮਲ ਕੀਤਾ ਹੁਣ ਉਹਦਾ ਨਤੀਜਾ ਕੀ ਨਿਕਲਿਆ ਜਣੀ ਇਹ ਸਾਰਾ ਦੌਰ ਜਿਹੜਾ ਮੈਂ ਤੁਹਾਨੂੰ ਹੁਣ ਦੱਸਿਆ ਇਹਦਾ ਨਤੀਜਾ ਕੀ ਨਿਕਲਿਆ ਕਿ ਇੱਕ ਖਾਈ ਪੈਦਾ ਹੋ ਗਈ ਜੱਟ ਦੇ ਜੀਵਨ 'ਚ ਕਿਸਾਨ ਦੇ ਜੀਵਨ ਜਾਨੀ ਕਹ ਲਓ ਤੁਸੀਂ ਜੱਟ ਕਹ ਲਓ ਜਾਂ ਕਿਸਾਨ ਕਹ ਲਓ ਇੱਕੋ ਗੱਲ ਐ ਉਹਦੇ ਜੀਵਨ 'ਚ ਤੇ ਉਹਦੇ ਦਿਹਾੜੀਦਾਰ ਜੇ ਸੀਰੀ ਆ ਉਹਦੇ ਵਿੱਚਕਾਰ ਇੱਕ ਖਾਈ ਪੈਦਾ ਹੋ ਗਈ ਹੁਣ ਮੈਂ ਸਵਾਲ ਨੂੰ ਅੱਗੇ ਤੋਰਦਾ ਹਾਂ ਕਿ ਜਦੋਂ ਇਹ ਝੋਨਾ ਬੀਜਿਆ ਜਦੋਂ ਤੱਕ ਪਾਹ ਰਹੀ ਕਣਕ ਰਹੀ ਜਵਾਰ ਬਾਜਰਾ ਰਹਾ ਛੋਲੇ ਰਹੇ ਮੱਕੀ ਰਹੀ ਸਭ ਪੰਜਾਬ ਦਾ ਜਿਹੜਾ ਸੀਰੀ ਸੀ ਦਿਹਾੜੀਦਾਰ ਸੀ ਚਾਹੇ ਮਜਬੀ ਸੀ ਚਾਹੇ ਚਮਾਰ ਸੀ ਜਾਂ ਕੋਈ ਹੋਰ ਜਾਤੀ ਵੀ ਸੀ ਕਿਤੇ 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 ਜਲਾਹੇ ਵੀ ਥੋੜੇ ਖਣੇ ਕੰਮ ਕਰਦੇ ਰਹੇ ਹੋਣਗੇ ਬਾਜੀਗਰ ਵੀ ਕਰਦੇ ਰਹੇ ਹੋ ਸਕਦਾ ਬੋਰਗੇ ਨੇ ਕੀਤਾ ਪਰ ਪਰਬੋਰੀਆ ਆਪਣੀ ਖੇਤੀ ਕਰਨ 'ਚ ਜਿਆਦਾ ਵਿਸ਼ਵਾਸ ਕਰਦਾ ਔਰ ਜਲਾਹੇ ਕੋਲ ਆਪਣਾ ਤੰਦਾਸੀ ਥੋੜਾ ਜਾਂ ਜਿਹੜਾ ਜਿਹੜਾ ਕਿਸਾਨ ਦੀ ਵੀ ਜ਼ਰੂਰਤ ਸੀ ਉਸ ਕਰਕੇ ਜਿਆਦਾ ਜ਼ਰੂਰਤ ਮਜਬੀ ਤੇ ਚਮਾਰ ਦੀ ਸੀ ਕਿਉਂਕਿ ਉਹ ਖੇਤੀ ਦੇ ਨਿਰਪੜਸੀ ਉਨੇ ਜਿਉਂ ਹੀ ਆਪਣਾ ਥੋੜਾ ਥੋੜਾ ਹੌਲੀ ਹੌਲੀ ਪੈਰ ਪਿੱਛੇ ਪਾਇਆ ਪੂਰੇ ਪੰਜਾਬ ਦੇ ਵਿੱਚ ਤਾਂ ਧੰਦਾ ਵੀ ਬਦਲਿਆ ਖੇਤੀ ਦਾ ਧੰਦਾ ਵੀ ਬਦਲਿਆ ਖੇਤੀ ਦੇ ਧੰਦੇ ਵਿੱਚ ਇੱਕ ਬਾ ਜਿਹੜਾ ਹੈਗਾ ਉਹ ਘਟੀ ਔਰ ਉਹਦੀ ਥਾਂ ਤੇ ਝੋਨਾ ਆ ਗਿਆ ਝੋਨੇ ਦਾ ਦੌਰ ਇੰਨਾ ਜ਼ਿਆਦਾ ਚੱਲਿਆ ਕਿ ਪੂਰੀ ਫਸਲ ਝੋਨੇ ਦੀ ਹੋਣ ਲੱਗੀ ਨਰਮਾ ਝੋਨਾ ਤੇ ਕਣਕ ਜਵਾਰ ਬਾਜਰਾ ਝੋਲੇ ਉੱਡ ਗਏ ਪੰਜਾਬ ਦੇ ਵਿੱਚੋਂ ਸਰਮਾ ਜਵਾਰ ਬਾਜਰਾ ਛੋਲੇ ਮੱਕੀ ਇਹ ਸਭ ਉੱਡ ਗਿਆ ਇੱਕ ਤਰ੍ਹਾਂ ਕਮਾਦ ਉੱਡ ਗਿਆ ਕਮਾਦ ਬਹੁਤ ਵੱਡੀ ਪੱਧਰ ਤੇ ਉੱਡਿਆ ਪੰਜਾਬ ਦੇ ਵਿੱਚੋਂ ਜਦੋਂ ਕਿ ਤੀਜਾ ਚੌਥਾ ਖੇਤ ਕਮਾਦ ਦਾ ਹੁੰਦਾ ਸੀ ਮੇਰੇ ਬਚਪਨ ਦੇ ਵਿੱਚ ਜਵਾਨੀ ਦੇ ਵਿੱਚ ਅੱਜ ਤੁਹਾਨੂੰ ਕਿਤੇ ਮੀਲਾ ਤੱਕ ਵੀ ਕਮਾਦ ਦਾ ਕੋਈ ਖੇਤ ਨਹੀਂ ਦਿਸਦਾ ਖਾਸ ਕਰਕੇ ਮਾਲਵੇ ਵਿੱਚ ਮਾਝੇ ਵਿੱਚ ਧੋਬੇ ਦੇ ਵਿੱਚ ਮਿਲਾਂ ਹੋਣ ਕਰਕੇ ਥੋੜੀ ਇੱਕ ਦੋ ਮਿਲਾਂ ਜਾਂ ਕੋਈ ਪ੍ਰਬੰਧ ਹੋਣ ਕਰਕੇ ਉਧਰ ਅਜੇ ਇਹ ਗੱਲ ਨਾ ਹੁੰਦਾ ਮੈਂ ਬਚਪਨ ਦੇ ਵਿੱਚ ਆਗ ਛੱਲਣ ਜਾਇਆ ਕਰਦਾ ਸੀ ਮੈਨੂੰ ਪਤਾ ਕਿ ਸਾਡੇ ਕਾਫੀ ਜ਼ਿਆਦਾ ਕਮਾਦ ਹੁੰਦੇ ਸੀ ਹੁਣ ਸਵਾਲ ਇਹ ਆ ਕਿ ਉਹ ਖੇਤੀ ਸਾਰੀ ਬਦਲ ਗਈ ਉਹਦੀ ਥਾਂ ਤੇ ਝੋਨੇ ਨਹੀਂ ਲੈ ਲਈ ਹੁਣ ਝੋਨੇ ਦੀ ਬਜਾਈ ਦੀ ਜ਼ਰੂਰਤ ਹੈ ਔਰ ਬਜਾਈ ਦੀ ਇੱਕ ਟਾਈਮ ਆ ਉਸ ਤੋਂ ਅੱਗੇ ਪਿੱਛੇ ਬੀਜਣ ਦਾ ਕੋਈ ਮਸਲ ਵੀ ਨਹੀਂ ਰਹਿ ਜਾਂਦਾ ਫਸੂਨ ਨੂੰ ਨੁਕਸਾਨ ਹੁੰਦਾ ਹੁਣ ਮਜਵੀਚ ਮਾਰ ਜਿਹੜਾ ਹੈਗਾ ਉਹ ਉਹਦੀ ਜਿਹੜੀ ਪਾਈ ਹੋਈ ਖਾਈ ਹੈ ਔਰ ਦੂਜਾ ਜਾਤੀ ਜਿਹੜੀ ਮਾਨਸਿਕਤਾ ਜਿਹੜੀ ਇੱਕ ਦੂਜੇ ਜੱਟ ਤੇ ਜੱਟ ਬਨਾਮ ਮਜਵੀ ਜੱਟ ਬਨਾਮ ਚਮਾਰ ਜਿਹੜੀ ਮਾਨਸਿਕਤਾ ਚ ਟਕਰਾਅ ਆਇਆ ਹੋਇਆ ਸੀ ਜਿਹੜਾ ਇੱਕ ਜਾਗਰਤੀ ਦਾ ਵਾਰ ਵੀ ਸੀ ਔਰ ਜਾਤੀ ਵਾਰ ਵੀ ਸੀ ਦੋਨੇ ਗੱਲਾਂ ਸੀ ਇਹ ਤਾਂ ਜੱਟ ਨੇ ਉਹਦਾ ਬਦਲ ਕੀ ਲੱਭਿਆ ਉਨੇ ਵਜਬੀ ਚਮਾਰ ਨੂੰ ਪਿੱਛੇ ਕਰਕੇ ਹੋਰ ਪਿੱਛੇ ਕੀਤਾ ਉਹਨੇ ਉਹਨੂੰ ਦੂਰ ਕੀਤਾ ਠੇਕੇਦਾਰੀ ਸਿਸਟਮ ਸ਼ੁਰੂ ਹੋਇਆ ਜਾਂਦਾ ਜਾਂ ਫਿਰ ਇਹ ਹੋਇਆ ਕਿ ਜਿਹੜੇ ਯੂਪੀ ਤੇ ਬਿਹਾਰ ਦੇ ਸਸਤੇ ਮਜ਼ਦੂਰ ਆ ਜਿਹੜੇ ਬਈਏ ਜਿਨ੍ਹਾਂ ਨੂੰ ਕਹਿੰਦੇ ਆ ਉਹਨੂੰ ਉਹਨੂੰ ਵੱਡੀ ਪੱਧਰ ਤੇ ਲਿਆਂਦਾ ਜਿਹੜੇ ਪੰਜਾਬ ਦੇ ਜੱਟ ਯੂਪੀ ਬਿਹਾਰ ਚ ਖੇਤੀ ਕਰਦੇ ਆ ਬਹੁਤ ਵੱਡੀ ਪੱਧਰ ਤੇ ਖੇਤੀ ਕਰਦੇ ਆ ਉਹ ਜਿੱਤੇ ਜ਼ਿਲ੍ਹਿਆਂ ਦੇ ਵਿੱਚ ਉਹ ਨੈਨੀਤਾਲ ਵਰਗੇ ਚ ਜਾਂਜਵੀਰ ਇਲਾਕੇ ਦੇ ਵਿੱਚ ਜਿੱਥੇ ਮੈਂ ਖੁਦ ਜਾਂਦਾ ਰਿਹਾ ਦੇਖਦਾ ਰਿਹਾ ਸਾਰਾ ਕੁਝ ਤਾਂ ਉਸ ਏਰੀਏ ਦੇ ਵਿੱਚ ਮਜ਼ਦੂਰ ਜਿਹੜਾ ਬਹੁਤ ਸਸਤਾ ਸੀ ਉਹਨਾਂ ਨੇ ਪੰਜਾਬ ਦੇ ਪਿੱਛੇ ਆਪਣੇ ਲੋਕਾਂ ਨਾਲ ਸੰਪਰਕ ਕਰਕੇ ਉੱਥੋਂ ਦੇ ਮਜ਼ਦੂਰ ਨੂੰ ਇੱਧਰ ਲਿਆਂਦਾ ਤੇ ਇੱਥੋਂ ਦੇ ਮਜ਼ਦੂਰ ਦੀ ਦੇ ਮੁਕਾਬਲੇ ਭਈਆ ਜਿਹੜਾ ਉਹ ਬਹੁਤ ਸਸਤਾ ਮਿਲਿਆ ਇੱਕ ਚੀਜ਼ ਐ ਨੋਟ ਕਰਨ ਵਾਲੀ ਹੈ ਕਿ ਭਈਆ ਨਸ਼ਾ ਕਰਦਾ ਸੀ ਇਹ ਤੁਸੀਂ ਇਹ ਹਮਝੀ ਰੱਖਣਾ ਗੁਲਾਮ ਕੌਮ ਨੂੰ ਨਸ਼ੇ ਤੇ ਲਾਇਆ ਜਾਂਦਾ ਲੱਗਦੀ ਨਹੀਂ ਹੁੰਦੀ ਔਰ ਕਿਸੇ ਨੂੰ ਗੁਲਾਮ ਬਣਾਉਣ ਵਾਸਤੇ ਸਭ ਤੋਂ ਜ਼ਿਆਦਾ ਸਭ ਤੋਂ ਵਧੀਆ ਢੰਗ ਹੈ ਕਿਸੇ ਹਾਕਮ ਜਮਾਤ ਦਾ ਉਹ ਨਸ਼ੇ ਤੇ ਲਾਉਣਾ ਮੈਂ ਤੁਹਾਨੂੰ ਬਚਪਨ ਦੀ ਕਿਹੜ ਦੱਸਦਾ ਰਿਹਾ ਕਿ ਕਿਸ ਤਰ੍ਹਾਂ ਸੀ ਫੀਮ ਚਾਹ ਦੇ ਵਿੱਚ ਪਿੰਦੇ ਜਾਂ ਹੌਲੀ ਹੌਲੀ ਜਰਦਾ ਖਾਣ ਲੱਗੇ ਸਿਕਟ ਬੀੜੀ ਪੀਣ ਲੱਗੇ ਤਾਂ ਉਹਦਾ ਅਸਰ ਕੀ ਹੋਇਆ ਇਹ ਸਾਰੀ ਗੱਲ ਮੈਂ ਤੁਹਾਡੇ ਸਾਹਮਣੇ ਰੱਖੀ ਆ ਹੁਣ ਜਦੋਂ ਭਈਆ ਵੱਡੀ ਪੱਦਰ ਤੇ ਆਇਆ ਔਰ ਮੈਂ ਦੇਖਿਆ ਕਿ ਅੱਡਿਆਂ ਦੇ ਉੱਤੋਂ ਸੈਂਕੜੇ ਸੈਂਕੜੇ ਜਾਂ ਰੇਲਵੇ ਸਟੇਸ਼ਨਾਂ ਦੇ ਉੱਤੋਂ ਪੂਰੀਆਂ ਗੱਡੀਆਂ ਜਿਵੇਂ ਭਰੀਆਂ ਉਤਰਦੀਆਂ ਤਾਂ ਉਹਦੇ ਚੋਂ ਚੌਥਾ ਹਿੱਸਾ ਘਟੋ-ਘਟ ਬਈਏ ਉਤਰਦੇ ਰੋਜ਼ ਰੇਲਵੇ ਸਟੇਸ਼ਨਾਂ ਤੇ ਤੇ ਪੰਜਾਬ ਦੀ ਕਿਸੇ ਵੀ ਪਹੀ ਦੇ ਉੱਤੇ ਸੜਕ ਦੇ ਉੱਤੇ ਬਈਆਂ ਦੇ ਟੋਲਿਆਂ ਨੂੰ ਦੇਖਿਆ ਜਾ ਸਕਦਾ ਸੀ ਔਰ ਉਹ ਫਿਰ ਖੇਤਾਂ ਦੇ ਵਿੱਚ ਕੰਮ ਕਰਦੇ ਦਿਸਦੇ ਸੀ ਮਤਲਬ ਲੱਖਾਂ ਦੀ ਗਿਣਤੀ ਚ ਇਹ ਹਜ਼ਾਰਾਂ ਦੀ ਗਿਣਤੀ ਚ ਨਹੀਂ ਸੀ ਲੱਖਾਂ ਦੀ ਗਿਣਤੀ ਚ ਉਹਨਾਂ ਨੂੰ ਲਿਆਂਦਾ ਜਾਂਦਾ ਔਰ ਪੰਜਾਬ ਦਾ ਕਿਸਾਨ ਜਾ ਕੇ ਉਹਨੂੰ ਸਟੇਸ਼ਨ ਤੋਂ ਲੈ ਕੇ ਆਉਂਦਾ ਬੱਸ ਅੜਿਆਂ ਤੋਂ ਲੈ ਕੇ ਆਉਂਦਾ ਔਰ ਬਹੁਤ ਸਾਰੇ ਯੂਪੀ ਦੇ ਹਰ ਦੇ ਭਈਏ ਜਿਹੜਿਆ ਉਹ ਆਪਣੇ ਆਪਣੇ ਜਿਹੜੇ ਮਾਲਕ ਖੇਤ ਦੇਦੇ ਸੀ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਸੀ ਉਹ ਉਹਨਾਂ ਦੇ ਪਿੰਡਾਂ ਨੂੰ ਅੱਛੀ ਤਰ੍ਹਾਂ ਜਾਣਦੇ ਸੀ ਔਰ ਉਹਨਾਂ ਦਾ ਸੰਪਰਕ ਬੱਧ ਗਿਆ ਸੀ ਇਸ ਦੌਰ ਚ ਕੀ ਹੋਇਆ ਇੱਕ ਇੱਕ ਨਵਾਂ ਦੌਰ ਸ਼ੁਰੂ ਹੋਇਆ ਵਦੇਸ਼ ਜਾਣ ਦਾ ਜਾਨੀ ਅੱਜ ਤੋਂ 20-25 ਸਾਲ ਪਹਿਲਾਂ ਵਿਦੇਸ਼ ਜਾਣ ਦਾ ਇੱਕ ਦੌਰ ਸ਼ੁਰੂ ਹੋਇਆ ਜਦੋਂ ਪੰਜਾਬ ਦੇ ਜੱਟਾਂ ਨੇ ਆਪਣੇ ਪਰਿਵਾਰਾਂ ਨੂੰ ਤੇ ਦੂਜੇ ਜਿਹੜੇ ਰਿਸ਼ਤੇਦਾਰ ਮਿੱਤਰ ਦੋਸਤਾਂ ਉਹਨਾਂ ਨੂੰ ਕੁਝ ਤਾਂ ਭਾਈਚਾਰੇ ਦੇ ਤੌਰ ਤੇ ਔਰ ਬਹੁਤਿਆਂ ਨੂੰ ਪੈਸੇ ਦੇ ਮਾਮਲੇ 'ਚ ਕਿਸੇ ਤੋਂ ਕਿੰਨਾ ਲੈ ਲਿਆ ਕਿਸੇ ਤੋਂ ਕਿੰਨਾ ਲੈ ਲਿਆ ਔਰ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰਤਾ ਉੱਧਰ ਤਾਂ ਮਿੱਤਰੋ ਅੱਜ ਅਸੀਂ ਦੇਖਦੇ ਹਾਂ ਕਿ ਕਾਸ ਕਰਕੇ ਦੁਆਬੇ ਦੇ ਲੱਖਾਂ ਲੱਖਾਂ ਕਿਸਾਨ ਆ ਜਿਹੜੇ ਉਹਨਾਂ ਨੇ ਆਪਣੇ ਪਿਛਲੇ ਲੋਕਾਂ ਨੂੰ ਉੱਥੇ ਬੁਲਾ ਲਿਆ ਔਰ ਮੁੰਡਿਆਂ ਨੇ ਧੜਾ ਧੜਾ ਪੜਨ ਵਾਸਤੇ ਜਾਂ ਦੂਜੇ ਬਹਾਨੇ ਲਾ ਕੇ ਉੱਥੇ ਜਾਣਾ ਸ਼ੁਰੂ ਕੀਤਾ ਤੇ ਲੱਖਾਂ ਦੀ ਗਿਣਤੀ 'ਚ ਇਹ ਲੋਕ ਘਰ ਛੱਡ ਕੇ ਚਲੇ ਗਏ ਔਰ ਉਹਨਾਂ ਨੇ ਪਿੱਛੇ ਕੋਠੀਆਂ ਪਾਈਆਂ ਉੱਥੇ ਉੱਥੇ ਦੇ ਪੈਸੇ ਸਾਡੇ ਪੈਸੇ 'ਚ ਬਹੁਤ ਫਰਕ ਹੈ ਉਹਨਾਂ ਨੇ ਕਮਾਈ ਉੱਥੇ ਵੀ ਕੀਤੀ ਜਾ ਕੇ ਉਥੇ ਵਿਹਲੇ ਬੈਠ ਕੇ ਨਹੀਂ ਖਾ ਸਕਦਾ ਕੋਈ ਜਿਹੜਾ ਜੱਟ ਇੱਥੇ ਅ ਕਿਸੇ ਦੇ ਝਾੜੂ ਚੱਕਣ ਨੂੰ ਤਿਆਰ ਨਹੀਂ ਉਥੇ ਉਹ ਤੁਸੀਂ ਦੇਖੋ ਜਾ ਕੇ ਕਿ ਜਿਹੜਾ ਸਫਾਈ ਦਾ ਕੰਮ ਆ ਉਹ ਆਮ ਕਰਦੇ ਆ ਝਾੜੂ ਮਾਰਨਾ ਪੋਚਾ ਮਾਰਨਾ ਜਿਹੜਾ ਕਜਲਾ ਢੋਣਾ ਸਮਾਨ ਇੱਧਰ ਉੱਧਰ ਕਰਨਾ ਇਹ ਇਹ ਆਮ ਗੱਲਾਂ ਬਹੁਤ ਸਾਰੇ ਲੋਕ ਉਥੇ ਚੰਮ ਜਿਹੜੇ ਪਸ਼ੂਆਂ ਦਾ ਮਾਸ ਲੌਂਦੇ ਆ ਠੀਕ ਹੈ ਉਹਦਾ ਮੀਟ ਬਣਾਉਂਦੇ ਆ ਬਹੁਤ ਸਾਰੇ ਲੋਕ ਉਥੇ ਚਮੜਾ ਢੋਂਦੇ ਆ ਇੱਥੇ ਉੱਥੇ ਜਾ ਕੇ ਕੋਈ ਆਦਮੀ ਆਪਣੀ ਜਾਤੀ ਹੰਕਾਰ ਚ ਨਹੀਂ ਚੱਲ ਸਕਦਾ ਹੁਣ ਤੁਸੀਂ ਦੇਖੋ ਕਿ ਉਹਦਾ ਨਤੀਜਾ ਕੀ ਨਿਕਲਿਆ ਕਿ ਪੰਜਾਬ ਦੇ ਜੱਟ ਤੇ ਪੰਜਾਬ ਦੇ ਮੁੰਡੇ ਜੱਟਾਂ ਦੇ ਮੁੰਡੇ ਉਹ ਤਾਂ ਲੱਖਾਂ ਲੱਖਾਂ ਜੋ ਉੱਧਰ ਪਹੁੰਚ ਗਏ ਪਿੱਛੇ ਰਹਿ ਗੀਆਂ ਕੋਠੀਆਂ ਤੇ ਜ਼ਮੀਨਾਂ ਹੁਣ ਉਹ ਕੋਠੀਆਂ ਤੇ ਜ਼ਮੀਨਾਂ ਜਿਹੜੀਆਂ ਉਹ ਕਿਹਦੇ ਹਵਾਲੇ ਹੋ ਗਈਆਂ ਉਹ ਔਰਤਾਂ ਦੇ ਹਵਾਲੇ ਹੋ ਗਈਆਂ ਕੁੜੀਆਂ ਦੇ ਹਵਾਲੇ ਹੋ ਗਿਆ ਔਰਤਾਂ ਦੇ ਹਵਾਲੇ ਹੋ ਗਿਆ ਮਾਂ ਦੇ ਹਵਾਲੇ ਹੋ ਗਈ ਭੈਣ ਦੇ ਹਵਾਲੇ ਹੋ ਗਈ ਬਹੂ ਦੇ ਹਵਾਲੇ ਹੋ ਗਈ ਬੱਚੀ ਦੇ ਹਵਾਲੇ ਹੋ ਗਈ ਜਾਨੀ ਪਿੱਛੇ ਜਿਹੜਾ ਸਾਰਾ ਧੰਦਾ ਹੈ ਖੇਤੀ ਦਾ ਉਹ ਉਹਨਾਂ ਦੇ ਸਿਰ ਤੇ ਚੱਲਣ ਲੱਗਿਆ ਹੁਣ ਉਹਨਾਂ ਦਾ ਕੰਮ ਕੀ ਸੀ ਕਿ ਉਹ ਬਈਆਂ ਦੇ ਸਿਰ ਤੇ ਚੱਲ ਰਿਹਾ ਸੀ ਹੁਣ ਉਹਦੇ ਵਿੱਚੋਂ ਮਾਈਨਸ ਹੋ ਗਿਆ ਸੀ ਪੰਜਾਬ ਦਾ ਚਵਾਰ ਪੰਜਾਬ ਦਾ ਮਜਬੀ ਜਾਨੀ ਜੱਟ ਜਾਤੀ ਨੇ ਪੰਜਾਬ ਦੇ ਚਮਾਰ ਤੇ ਮਜਬੀ ਨੂੰ ਪੂਰਾ ਤੱਕ ਕੇ ਪਿੱਛੇ ਕੀਤਾ। ਔਰਿਕ ਟਕਰਾਹ ਦੇ ਵਿੱਚ ਉਹ ਬਾਹਰ ਆਏ। ਉਹਨੂੰ ਬਰਦਾਸ਼ਤ ਕਰਨਾ ਪੰਜਾਬ ਦੇ ਜੱਟ ਵਾਸਤੇ ਔਖਾ ਸੀ। ਉਹਨੇ ਬਰਦਾਸ਼ਤਗੀ ਨੂੰ ਕੀਤਾ। ਯੂਪੀ ਤੇ ਬਿਹਾਰ ਦੇ ਮਜ਼ਦੂਰ ਨੂੰ ਬਰਦਾਸ਼ਤ ਕੀਤਾ। ਔਰ ਯੂਪੀ ਬਿਹਾਰ ਦਾ ਮਜ਼ਦੂਰ ਜਿਹੜਾ ਉਹਨੂੰ ਘਰ ਦੇ ਕੰਮ ਵੀ ਕਰਨ ਲੱਗਿਆ ਪਛੂ ਢਾਂਡਾ ਸਾਹਮਣਾ ਜਦੋਂ ਉਹ ਘਰ ਦੇ ਕੰਮ ਕਰਨ ਲੱਗਿਆ ਪਛੂ ਢਾਂਡਾ ਸਾਹਮਣ ਲੱਗਿਆ ਘਰੇ ਗੋਹਾ ਗੂੜਾ ਕਰਨ ਲੱਗਿਆ ਘਰੇ ਉਹ ਆ ਜਿਹੜੇ ਘਰ ਦੇ ਕਾਰੋਬਾਰ ਆ ਉਹ ਕਰਨ ਲੱਗਿਆ ਜਿੰਨੇ ਛੋਟੇ ਮੋਟੇ ਕਾਰੋਬਾਰ ਸਾਰੇ ਘਰ ਦੇ ਉਹ ਕਰਨ ਲੱਗਿਆ ਤਾਂ ਉਹ ਉਹਨਾਂ ਦੇ ਜਣੀ ਇੱਕ ਹਿੱਸੇ ਹਿੱਸੇ ਦੇ ਵਿੱਚ ਜਿਵੇਂ ਇੱਕ ਮਜ਼ਦੂਰ ਦੀ ਤਰ੍ਹਾਂ ਘਟ ਰਹਿ ਗਿਆ ਇੱਕ ਹਿੱਸੇਦਾਰ ਦੇ ਤੌਰ ਤੇ ਉਹ ਜੀਵਨ ਚ ਦਾਖਲ ਹੋ ਗਿਆ ਔਰ ਇਹ ਗੱਲ ਕੋਈ ਛੋਟੇ ਥੋੜੇ ਸਾਲਾਂ ਦੀ ਨਹੀਂ ਹੈ ਇਹ ਲੰਬਾ ਸਮਾਂ ਵਾਪਰਿਆ ਇਹ ਜਦੋਂ ਇਹ ਲੰਬਾ ਸਮਾਂ ਵਾਪਰਿਆ ਤਾਂ ਰਿਸ਼ਤੇ ਰਾਤੇ ਜਿਹੜੇ ਆ ਉਹ ਟੁੱਟਣ ਲੱਗੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਮੇਰੇ ਮੇਰੇ ਕੋਲੇ ਪੰਜਾਬ ਦੇ ਜੱਟਾਂ ਦਾ ਰਿਕਾਰਡ ਹੈ ਪੰਜਾਬ ਦੇ ਜੱਟਾਂ ਨੇ ਗੀਤ ਲਿਖੇ ਪੰਜਾਬ ਦੇ ਜੱਟਾਂ ਨੇ ਉਹ ਗੀਤ ਗਾਏ ਪੰਜਾਬ ਦੇ ਜੱਟਾਂ ਨੇ ਜਿਹੜੇ ਬੁੱਧੀਜੀਵੀ ਵਰਗ ਦੇ ਸੀ ਉਹਨਾਂ ਨੇ ਉਹਦੇ ਤੇ ਬਕਾਇਦਾ ਤੌਰ ਤੇ ਰਚਨਾਵਾਂ ਲਿਖਿਆ ਹੋਰ ਰਚਨਾਵਾਂ ਮੇਰੇ ਰਿਕਾਰਡ ਦੇ ਵਿੱਚ ਦਰਜਾ ਜਿਹਦੇ ਵਿੱਚ ਵੱਡੇ ਵੱਡੇ ਵਿਦਵਾਨ ਆ ਜਿਹੜੇ ਪੰਜਾਬ ਦੇ ਉਹਨਾਂ ਦੀਆਂ ਰਚਨਾਵਾਂ ਹੈ ਔਰ ਉਹ ਗੀਤਾਂ ਦਾ ਜ਼ਿਕਰ ਵੀ ਆ ਜਿਹਦੇ ਵਿੱਚ ਪੰਜਾਬ ਦੀ ਜਿਹੜੀ ਜਿਹੜਾ ਖਾਲੀ ਥਾਂ ਸੀ ਉਹਨੂੰ ਭਰਨ ਵਾਸਤੇ ਯੂਪੀ ਦਾ ਬਿਹਾਰ ਦਾ ਭਈਆ ਭਈਆ ਸੀ ਕਹਿਣਾ ਸ਼ੁਰੂ ਕੀਤਾ ਅਸਲ ਵਿੱਚ ਭਰਾ ਇਹਦਾ ਮਤਲਬ ਹੈ ਭਾਈ ਭਾਈ ਤੋਂ ਅਸੀਂ ਭਈਆ ਬਣਾ ਲਿਆ ਉਹਨੂੰ ਕਿਉਂਕਿ ਉਹ ਭਈਆ ਹੀ ਕਹਿੰਦੇ ਆ ਉਹਨਾਂ ਵਾਸਤੇ ਭਰਾ ਭਈਆ ਹੈ ਸਾਡੇ ਵਾਸਤੇ ਇੱਕ ਭਈਆ ਮਜ਼ਦੂਰ ਹੈ ਅਸੀਂ ਉਹਨੂੰ ਮਜ਼ਦੂਰ ਤੇ ਛੋਟਾ ਕਰਕੇ ਬੁਲਾਉਂਦੇ ਆ ਅਸਲ ਵਿੱਚ ਭਈਆ ਦਾ ਹਾਰਤਾ ਭਈ ਭਰਾ ਹੁਣ ਭਈਆ ਇੱਕ ਮਜ਼ਦੂਰ ਦੇ ਤੌਰ ਤੇ ਨਹੀਂ ਇੱਕ ਘਰ ਦੇ ਹਿੱਸੇ ਦੇ ਦਰ ਦੇ ਤੌਰ ਤੇ ਦਾਖਲ ਹੋ ਗਿਆ ਹੁਣ ਉਹ ਨਸ਼ਾ ਵਿਖਾਂਦਾ ਸੀ ਸਿਗਰਟ ਵੀੜੀ ਪੀਂਦਾ ਸੀ ਚਰਦਾ ਲਾਉਂਦਾ ਸੀ ਫਿਰ ਹੋਰ ਜਿਹੜੇ ਜਿਹੜੇ ਪੂੜੇ ਖਾਣੇ ਅਸੀਂ ਤਾਂ ਉਹਨਾਂ ਨੂੰ ਜਾਣਦੇ ਨਹੀਂ ਐ ਉਹ ਆਮ ਤੌਰ ਤੇ ਹੀ ਖਾਂਦਾ ਸੀ ਉਹ ਬਾਜ਼ਾਰ ਦੀਆਂ ਚੀਜ਼ਾਂ ਉਹਦੇ ਉਹਦੇ ਮੂੰਹ 'ਚ ਹਰ ਵਕਤ ਕੋਈ ਨਾ ਕੋਈ ਚੀਜ਼ ਸੁਪਾਰੀ ਕੱਥਾ ਏਜੇ ਜੀ ਜਪੰਗਿਆ ਰਹਿੰਦੇ ਬੀੜਾ ਆਪ ਤਰਤੇ ਉਹਦੇ ਮੂੰਹ ਚੰਦਾ ਸੀ ਤਾਂ ਇਸ ਚੀਜ਼ ਨੇ ਕੀ ਕੀਤਾ ਜਿਹੜੇ ਬਾਕੀ ਬੱਚੇ ਪਿੱਛੇ ਲੋਕ ਸੀ ਉਹਨਾਂ ਤੇ ਦੋ ਤਰ੍ਹਾਂ ਦਾ ਅਸਰ ਪਾਇਆ ਇੱਕ ਤਾਂ ਜਿਹੜੇ ਨੌਜਵਾਨ ਮੁੰਡੇ ਸੀ ਬੱਚੇ ਸੀ ਉਹਨਾਂ ਨੇ ਵੇਖ ਕੇ ਬੀੜਾ ਜਰਦਣਾ ਜਰਦਾ ਉਹਨਾਂ ਦੇ ਵਰਤਣਾ ਸ਼ੁਰੂ ਕੀਤਾ ਕੁਝ ਹੋਰ ਵੀ ਨੱਚੇ ਛੋਟੇ-ਮੋਟੇ ਸ਼ੁਰੂ ਕਰ ਲਏ। ਔਰ ਦੂਸਰਾ ਜਿਹੜੇ ਔਰਤ ਦਾ ਜੀਵਨ ਸੀ ਉਹਦੇ ਚ ਉਹ ਉਹਦੀ ਦਖਲਅੰਦਾਜ਼ੀ ਵੱਧ ਗਈ। ਇਹ ਸਹਿਜ ਇਹ ਸਹਿਜ ਰੂਪ ਚ ਹੋਇਆ ਹੈ। ਉਹਨੋਂ ਦੀ ਮੈਂ ਇੱਕ ਉਦਾਹਰਣ ਦੇਣਾ ਕਿ ਉਹਦੀ ਦਖਲਅੰਦਾਜ਼ੀ ਕੰਬੂਆਂ ਚ, ਰਾਮਾ ਚ, ਜਲਾਹਾਂ ਚ, ਛੀਂਬਿਆਂ ਚ, ਨਾਈਆਂ ਚ, ਝੌਰਾ ਚ, ਕਮਿਆਰਾਂ ਚ ਨਹੀਂ ਵੱਧੀ। ਸੈਣੀਅਤ ਨਹੀਂ ਵਧੀ ਜਿਹੜੀ ਸੈਣੀ ਜਿਹੜੇ ਬਾਹਰ ਗਏ ਆ ਉਹਨਾਂ ਦੇ ਜੀਵਨ ਚ ਵਧੀ ਆਮ ਜੀਵਨ ਚ ਨਹੀਂ ਵਧੀ ਇਹ ਭਗਤ ਹੈ ਮਹਾਸ਼ੇ ਹੈ ਬਾਜੀ ਕਰ ਰਹਾ ਹੈ ਜਿਹੜੀਆਂ ਦੂਜੀਆਂ ਜਾਤੀਆਂ ਪੰਜਾਬ ਦੀਆਂ ਮਜਬੀ ਹੈ ਚਮਾਰਾ ਹੈ ਇਹਨਾਂ ਦੇ ਜੀਵਨ ਚ ਭਈਏ ਦਾ ਕੋਈ ਦਖਲ ਨਹੀਂ ਹੈ ਕਿਉਂ ਕਿਉਂਕਿ ਉਹ ਖੇਤ ਨਹੀਂ ਉਹਨਾਂ ਕੋਲੇ ਅਗਰ ਖੇਤਤਾ ਤਾਂ ਉਹ ਬਾਹਰ ਨਹੀਂ ਗਏ ਗਰੇਤੀਆ ਤਾਹੋ ਉਹਨਾਂ ਦਾ ਮਜਬੀ ਤੇ ਟਕਰਾਅ ਬਨਾਮ ਦੂਜੇ ਲੋਕ ਨਾਲ ਨਹੀਂ ਹੋਇਆ ਕੋਈ ਅਸਰ ਕਰਨ ਵਾਲੀ ਚੀਜ਼ ਬਾਕੀ ਨਹੀਂ ਰਹੀ ਅਸਰ ਕਰਨ ਵਾਲੀ ਚੀਜ਼ ਕੀ ਸੀ ਉਹ ਖੇਤੀ ਤੇ ਨਾਲ ਬਾਹਰ ਜਾਣਾ ਉਹ ਜਿਹੜਾ ਖਾਲੀ ਤਾਂ ਹੋਇਆ ਉਹਨੂੰ ਬਈਏ ਨੇ ਭਰਿਆ ਔਰ ਜਿਹੜੀ ਚੀਜ਼ ਬਈਏ ਨੇ ਭਰੀ ਉਹਦਾ ਮਾਹੌਲ ਇੰਨਾ ਮੋਕੜਾ ਸੀ ਕਿ ਉਹਨੇ ਦੋ ਤਰ੍ਹਾਂ ਦਾ ਅਸਰ ਕੀਤਾ ਇੱਕ ਤਾਂ ਬਾਕੀ ਜਵਾਨੀ ਤੇ ਨਸ਼ੇ ਦਾਸ ਰੋਇਆ ਔਰ ਨੰਬਰ ਜਿਹੜਾ ਜੀਵਨ ਆਮ ਜੀਵਨ ਹੈ ਜਿਹੜਾ ਕੁਦਰਤ ਦਾ ਦਿੱਤਾ ਹੋਇਆ ਵਰਤਾਰਾ ਹੈ ਉਹਦੇ ਵਿੱਚ ਉਹਦੀ दखਲ ਅੰਦਾਜ਼ੀ ਵਧੀ ਔਰ ਉਹ दखਲ ਅੰਦਾਜ਼ੀ ਤੇ ਬਕਾਇਦਾ ਗੀਤ ਬਣੇ ਔਰ ਉਹ ਗੀਤ ਟੇਪਾਂ ਦੇ ਵਿੱਚ ਪੂਰੇ ਪੰਜਾਬ 'ਚ ਵੱਜੇ ਇੱਕ ਉਹ ਮੈਂ ਜਵਾਨੀ ਕਲਾਮੀ ਦੀ ਕਹਿ ਰਿਹਾ ਸਾਰਾ ਕੁਝ ਇਹ ਔਨ ਰਿਕਾਰਡ ਹੈ ਇਰਕਾ ਇਤਿਹਾਸ ਦਾ ਰਿਕਾਰਡਡ ਜਾਨੀ ਰਿਕਾਰਡ ਕੀਤਾ ਹੋਇਆ ਵਰਤਾਰਾ ਹੋਰ ਇਹਦੇ ਤੇ ਬਹੁਤ ਵੱਡੀ ਚਰਚਾ ਸ਼ੁਰੂ ਹੋਈ ਪੰਜਾਬ ਦੇ ਵਿਦਵਾਨਾਂ ਚ ਇਹਦੀ ਚਰਚਾ ਸ਼ੁਰੂ ਹੋਈ ਤੇ ਬਹੁਤ ਸਾਰੇ ਬੁੱਧੀਮਾਨਾਂ ਨੇ ਬੜੇ ਸਪਸ਼ਟ ਚਾਬਦਾ ਜਿਹਾ ਕੁਝ ਲਿਖਿਆ ਜਿਹਦੇ ਚੋਂ ਕਾਫੀ ਕੁਝ ਮੇਰੇ ਕੋਲੇ ਰੱਖਿਆ ਹੋਇਆ ਇੱਦੂ ਬਾਦ ਦੌਰ ਹੁੰਦਾ ਅਕਾਲੀਆਂ ਦਾ ਅਕਾਲੀ ਸੱਤਾ ਚਾਉਂਦੇ ਆ ਅਕਾਲੀਆਂ ਦੀ ਸੱਤਾ ਦੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਇਆ ਉਹ ਨਸ਼ਾ ਦਾ ਸੀ ਇਹ ਨਸ਼ੇ ਕੌਣ ਲਿਆਉਂਦਾ ਸੀ ਕੌਣ ਨਹੀਂ ਲਿਆਉਂਦਾ ਸੀ ਕੌਣ ਵੇਚਦਾ ਸੀ ਇਹ ਮੈਂ ਨਹੀਂ ਜਾਣਦਾ ਪਰ ਇਸ ਕਾਲੀਆਂ ਦੀ ਸੱਤਾ 'ਚ ਇਹ ਦੌਰ ਸ਼ੁਰੂ ਹੋਇਆ ਇਹ ਪੱਕੀ ਗੱਲ ਹੈ ਫੀਮ ਵੀ ਕਾਲੀਆਂ ਦੀ ਸੱਤਾ 'ਚ ਔਰੇ ਜਿਹੜਾ ਚਿੱਟਾ ਹੈ ਜਾਂ ਕੋਈ ਚਰਸ ਹੈ ਜਾਂ ਕੋਈ ਹੈਰੋਨ ਹੈ ਇਹ ਸਾਰਾ ਕਾਲੀਆ ਦੇ ਦੌਰ ਚ ਸ਼ੁਰੂ ਹੋਇਆ। ਔਰ ਸ਼ਰਾਬ ਦਾ ਜਿਹੜਾ ਦੌਰ ਹੈ ਲੱਖਾਂ ਲੱਖਾਂ ਬੋਤਲਾਂ, ਪੇਟੀਆਂ ਔਰ ਸਭ ਤੋਂ ਜ਼ਿਆਦਾ ਤਨ ਜਿਹੜਾ ਖਰਚ ਕੀਤਾ ਜਾਂਦਾ ਉਹ ਸ਼ਰਾਬ ਤੇ ਕੀਤਾ ਜਾਂਦਾ ਪੰਜਾਬ ਚ। ਇਹ ਇਹਦੇ ਲਈ ਸਾਰਾ ਕਾਲੀ ਦਲਦਾਸ ਕਾਲੀ ਦਲ ਦੀ ਸੱਤਾ ਜ਼ਿੰਮੇਵਾਰ ਹੈ। ਇੱਥੇ ਕੋਈ ਝੂਠ ਨਹੀਂ। ਇਹ 100% ਸੱਚ ਹੈ ਹੁਣ ਇੱਕ ਪਾਸੇ ਤਾਂ ਪਹਿਲਾ ਦੌਰ ਜਿਹੜਾ ਯੂਪੀ ਦੇ ਬਿਹਾਰ ਤੇ ਬਈਏ ਦਾ ਜਾਂ ਉਹਦੇ ਮਜ਼ਦੂਰ ਦਾ ਹੈ ਜਾਂ ਲੋਕਾਂ ਦੇ ਬਾਹਰ ਜਾਂਦਾ ਹੈ ਜਾਂ ਨਚਿਆ ਦੇ ਵਿੱਚ ਲੱਗਣ ਦਾ ਦੂਜਾ ਦੌਰ ਹੈ ਮੇਰੇ ਕੋਲ ਮੇਰੇ ਪਿੰਡਾਂ ਦੇ ਜਣੀ ਮੇਰੇ ਬਧਣੀ ਸਾਈਡ ਦੇ ਜਾਂ ਚੱਕਰ ਵਗੈਰਾ ਦੇ ਇਧਰ ਤੋਂ ਬੱਚੇ ਕਿਤਾਬਾਂ ਲੈਣ ਆਏ ਆਏ ਜੱਟਾਂ ਦੇ ਮੁੰਡੇ ਨੌਜਵਾਨ ਬਿਲਕੁਲ 15 20 ਸਾਲ ਦੇ ਬੱਚੇ ਦੋਨੇ ਦਾਬਾ ਲੈਣਾ ਹੈ। ਔਰ ਮੈਂ ਬੈਠਾ ਉਹਨਾਂ ਨਾਲ ਗੱਲਾਂ ਕਰ ਲੱਗ ਗਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਜੀ ਸਾਡੇ ਪਿੰਡਾਂ ਦੇ ਵਿੱਚ ਸ਼ਾਮ ਨੂੰ ਜਹਾਜ਼ ਉਤਰਦਾ ਹੈ। ਹੁਣ ਮੈਂ ਜਹਾਜ਼ ਤਾਂ ਉਤਰਦਾ ਸਮਝ ਗਿਆ। ਇਹ ਇਹ ਬੜੀ ਆਸਾਨ ਗੱਲ ਹੈ। ਸਮਝੇਂ। ਫਿਰ ਉਹ ਕਹਿੰਦਾ ਜੀ ਪਿੰਡਾਂ ਪਿੰਡ ਦੇ ਲੋਕ ਜਿਹੜੇ ਆ ਸੈਂਕੜਿਆਂ ਦੀ ਗਿਣਤੀ 'ਚ ਸਭ ਦੇ ਸਾਹਮਣੇ ਔਰਤਾਂ ਦੇ ਸਾਹਮਣੇ ਦੌੜਦੇ ਆ ਉਹ ਉਹ ਚਿੱਟਾ ਲੈਣ ਇੱਕ ਇੱਕ ਪਿੰਡ ਚ 100 100 ਦੋ ਦੋ ਸੌ ਆਦਮੀ ਸ਼ਾਮ ਨੂੰ ਰੋ ਚਿੱਟਾ ਲੈਣ ਦੌੜਦਾ ਔਰ ਚਾਰ ਚਾਰ ਪੰਜ ਪੰਜ ਸੌ ਦਾ ਲੈ ਕੇ ਆਉਂਦਾ ਉਹ ਤਾਂ ਮੈਨੂੰ ਉਹ ਚਿੱਤੇ ਆਇਆ ਜਦੋਂ ਮੈਂ ਜਲਾਲਾਬਾਦ ਸਾਈਡ ਤੇ ਕੰਮ ਕਰਦਾ ਸੀ ਤਾਂ ਇਧਰ ਪਿੰਡਾਂ ਦੇ ਵਿੱਚ ਸ਼ਾਮ ਨੂੰ ਰਾ ਸਿੱਖ ਜਿਹੜੇ ਇਹ ਸ਼ਰਾਬ ਦਾ ਘੋੜੇ ਤੇ ਰੱਖ ਕੇ ਜਾਂ ਮਗਰੀ ਮਗਰ ਉਹ ਮਸ਼ਕਲਾ ਕੇ ਟੂਬਾਂ ਵੱਨ ਕੇ ਉਹ ਉਧਰ ਪਿੰਡਾਂ ਚਾਉਂਦੇ ਤਾਂ ਜਹਾਜ਼ ਉੱਤੇ ਵੀ ਸ਼ਰਾਬ ਦਾ ਉਤਰਦਾ ਸੀ ਹੁਣ ਉਹ ਜਿਹੜੇ ਸ਼ਰਾਬ ਦੇ ਜਹਾਜ਼ ਉਤਰਦੇ ਸੀ ਕਦੇ ਮੈਂ ਦੇਖਦਾ ਸੀ ਔਰ ਪੰਜਾਬ ਦੇ ਵਿੱਚ ਆਮ ਤੌਰ ਤੇ ਬਹੁਤ ਵੱਡੀ ਪੱਧਰ ਤੇ ਕੰਮ ਚੱਲਦਾ ਸੀ ਖਾਸ ਕਰਕੇ ਰਾਜਸੀ ਕੇਰੀਏ ਇਹਦੇ ਵਿੱਚ ਔਰ ਪਿੰਡਾਂ ਛਰਾਬ ਆਮ ਕਰਦੇ ਸੀ ਲੋਕ ਆਪਣੇ ਕਮਾਨਾਂ 'ਚ ਬੈਠ ਕੇ ਔਰ ਰੋਚਰਾ ਪੀਤੀ ਜਾਂਦੀ ਸੀ ਇੱਕ ਇੱਕ ਪਿੰਡ 'ਚ ਸੈਂਕੜੇ ਬੋਤਲਾਂ ਰੋਚਰਾ ਪੀਤੀ ਜਾਂਦੀ ਸੀ ਹੁਣ ਉਹਦਾ ਜਿਹੜਾ ਰੂਪ ਬਦਲ ਗਿਆ ਚਿੱਟੇ ਦਾ ਜਹਾਜ਼ ਉਤਰ ਲੱਗ ਗਿਆ ਹੈਰਨ ਦਾ ਜਹਾਜ਼ ਉਤਰ ਲੱਗ ਗਿਆ ਔਰ ਉਹ ਪੀਰਖਾਨ ਵਾਲਾ ਕੌਣ ਰਹਿ ਗਿਆ ਜਿਹਦੇ ਕੋਲ ਪੈਸਾ ਹੈ ਤੇ ਪੈਸਾ ਕਿਹਦੇ ਕੋਲ ਹੈ ਪੈਸਾ ਤਾਂ ਪੰਜਾਬ ਦੇ ਜੱਟ ਕੋਲ ਹੈ ਚਾਹੇ ਉਹ ਕਰਜ਼ੇ 'ਚ ਜਾਨੀ ਉਹ ਕਰਜ਼ਾ ਲੈਂਦਾ ਵੇਕ ਤੋਂ ਚਾਹੇ ਉਹਦੇ ਖੇਤ ਚੋਂ ਆਉਂਦਾ ਹੈ ਜਾਂ ਉਹਦਾ ਮਲਾਜ਼ਮ ਹੈ ਕੋਈ ਨਾ ਕੋਈ ਘਰ ਦੇ ਵਿੱਚ ਦੋ ਮਲਾਜ਼ਮ ਹੈ ਤਿੰਨ ਮਲਾਜ਼ਮ ਹੈ ਜਾਂ ਉਹਦਾ ਖੇਤ ਆ ਜਿਹੜਾ ਉਹ ਜ਼ਮੀਨ ਉੱਗਦਾ ਹੈ ਉਹਦੇ ਚੋਂ ਪੈਸਾ ਹੁੰਦਾ ਹੈ ਜਾਂ ਫਿਰ ਉਹ ਬਾਹਰ ਬੈਠਾ ਹੈ ਉਧਰੋਂ ਪੈਸਾ ਆਉਂਦਾ ਹੈ ਜਾਉਦੇ ਕਰ ਮੁਲਾਜ਼ਮ ਲੱਗੇ ਹੋ ਉਹ ਪੈਸਾ ਹੁੰਦਾ ਔਰ ਜਿਹਦੇ ਕੋਲ ਪੈਸਾ ਉਹਦੇ ਜੋਕਾਂ ਨੇ ਕੀ ਕੀਤਾ ਇਹ ਇਹ ਜਿਹੜਾ ਵੀਰ ਕਹਿ ਰਿਹਾ ਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਇਹ 'ਚ ਬਹੁਤ ਵੱਡਾ ਜਿਹੜਾ ਭਾਗ ਆ ਉਹ 'ਚ ਸੁਪਰਮ ਜਿਹੜੀ ਔਖਤ ਹੋ ਰਹੀ ਆ ਉਹਦਾ ਕਾਰਨ ਕੀ ਆ ਇਹ ਸਾਰਾ ਦੌਰ ਜੋ ਮੈਂ ਤੁਹਾਨੂੰ ਦੱਸ ਰਿਹਾ ਇਹ ਨਸ਼ੇ ਦਾ ਦੌਰ ਕਿਸ ਤਰ੍ਹਾਂ ਚੱਲਿਆ ਪੰਜਾਬ ਦੇ 'ਚ ਮੈਂ ਉਹਦੀ ਇੱਕ ਹਿਸਟਰੀ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਟਾ ਸ਼ਾਮਲ ਹੋ ਗਿਆ ਹੈਰਨ ਸ਼ਾਮਲ ਹੋ ਗਈ ਇਦਾਂ ਜਿ ਸਿੱਟ ਬੀੜੀ ਸ਼ਾਮਲ ਹੋ ਗਈ ਜਰਦਾ ਸ਼ਾਮਲ ਹੋ ਗਿਆ ਔਰ ਉਹ ਜਿਹੜੇ ਨਸ਼ੇ ਦੇ ਪੁੜੇ ਆ ਉਹ ਸ਼ਾਮਲ ਹੋ ਗਏ ਟੀਕੇ ਸ਼ਾਮਲ ਹੋ ਗਏ ਔਰੇ ਕੁੜੀਆਂ ਵੀ ਸ਼ੁਰੂ ਕਰ ਤਾ ਕੁੜੀਆਂ ਨੇ ਵੀ ਜਿਹੜੀਆਂ ਚੰਡੀਗੜ੍ਹ ਲੁਧਿਆਣਾ ਜਲੰਧਰ ਜਾਂ ਵੱਡੇ ਅਮਰਸਰ ਵਰਗੇ ਸ਼ਹਿਰਾਂ ਚ ਕੁੜੀਆਂ ਪੜਦੀਆਂ ਉਹਨਾਂ ਦੀਆਂ ਅਨੇਕ ਜਿਹੜੀਆਂ ਜਿਹੜੀਆਂ ਮੂਵੀਆਂ 10 10 ਮਿੰਟ ਦੀਆਂ 15 15 ਮਿੰਟ ਦੀਆਂ ਉਹ ਸਾਡੇ ਕੋਲ ਪਹੁੰਚਦੀਆਂ ਔਰ ਬੜੇ ਮਜ਼ੇ ਨਾਲ ਉਹ ਲਾਰੀਆਂ ਜਾਂ ਟੀਕੇ ਬੜੇ ਮਜ਼ੇ ਨਾਲ ਉਹ ਮੁੰਡਿਆਂ ਵਾਂਗੂ ਹਰਕਤ ਕਰਦੀਆਂ ਔਰ ਹੁਣ ਤਾਂ ਸੜਕਾਂ ਤੇ ਦਿਸਣ ਲੱਗੀਆਂ ਉਹ ਔਰ ਵੱਡੇ ਘਰਾਂ ਦੀਆਂ ਕੁੜੀਆਂ ਵੱਡੇ ਘਰਾਂ ਦੀਆਂ ਪੰਜਾਬ ਦੇ ਵਿੱਚ ਵੱਡੇ ਘਰਾਂ ਦੇ ਵਿੱਚ ਬਾਂਬਣ ਬਣੀਆਂ ਬਣੀਆਂ ਆਉਂਦਾ ਜਾਂ ਫਿਰ ਜੱਟ ਆਉਂਦਾ ਮੁੰਡੇ ਵੀ ਉਸ ਤਰ ਠੰਡੇ ਤੇ ਪੈ ਗਏ ਇਹ ਜਿਹੜਾ ਵੀਰ ਗੱਲ ਕਹਿ ਰਿਹਾ ਸਾਡਾ ਵਿਦਵਾਨ ਬੁੱਧੀਮਾਨ ਉਨੇ ਸਾਰਾ ਕੁਝ ਜਿਹੜੀ ਹਿਸਟਰੀ ਆ ਉਹ ਦੱਸੇ ਬਿਨਾ ਅਖੀਰ ਤੇ ਗੱਲ ਕਹੀ ਆ ਅਖੀਰਲੀ ਗੱਲ ਕਿ ਇਹਦੇ ਨਾਲ ਜਿਹੜਾ ਪੰਜਾਬ ਦੀ ਜਵਾਨੀ ਆ ਉਸ ਨਪੁੰਸਕ ਹੋ ਗਈ ਤਾਂ ਵੀਰੋਂ ਮੈਂ ਇਥੇ ਇੱਕ ਮੀਣਾ ਦੇਣਾ ਚਾਹੁੰਦਾ ਹੈ ਹੋਰੇ ਮੀਣਾ ਮੇਰਾ ਵਾਜਬ ਆ ਕਿ ਜਦੋਂ ਮੈਂ ਕਦੇ ਦਿਹਾੜੀ ਕਰਨ ਜਾਂਦਾ ਮਜਬੂਰੀ ਸੀ ਬਾਪ ਦੀ ਸਹਾਇਤਾ ਕਰਨੀ ਦੋ ਦੋ ਆਪ ਦੇ ਕੱਪੜੇ ਪਾਉਣ ਵਾਸਤੇ ਆਪ ਦਾ ਕੱਚਾ ਬਣਾਉਣ ਵਾਸਤੇ ਜੁੱਤੀ ਬਣਾਉਣ ਵਾਸਤੇ ਦਿਹਾੜੀ ਕਰਨ ਜਾਂਦਾ ਮਾਂ ਦੀ ਸਹਾਇਤਾ ਕਰਦਾ ਜਿਵੇਂ ਮੇਰੇ ਵਰਗੇ ਹੋਰ ਬੱਚੇ ਹਜ਼ਾਰਾਂ ਅਸੀਂ ਕਪਾਹ ਚੁਗਦੇ ਨਰਮਾ ਚੁਗਦੇ ਅਸੀਂ ਕਮਾਦ ਆਗ ਚਿੱਲਦੇ ਤਾਂ ਸਾਨੂੰ ਚਾਹ ਚੀਮ ਪਾ ਕੇ ਦਿੱਤੀ ਜਾਂਦੀ ਤੇ ਸਾਡੇ ਚੋਂ ਅੱਧੇ ਜਿਹੜੇ ਪੜ੍ਹਨ ਨਹੀਂ ਸੀ ਜਾਂਦੇ ਉਹਨਾਂ ਨੂੰ ਬੀੜਾ ਦਿੱਤਾ ਜਾਂਦਾ ਇੱਕ ਕਰਮ ਹੈ ਇੱਕ ਕਰਮ ਹੈ ਜਿਹੜਾ ਮਨੁੱਖ ਨੇ ਕੀਤਾ ਔਰ ਉਹਦਾ ਨਤੀਜਾ ਤਾਂ ਨਿਕਲਣਾ ਹੀ ਨਿਕਲਣਾ ਸੀ ਕਿ ਸਮਾਜ ਦੇ ਵਿੱਚ ਇਹ ਚੀਜ਼ ਪਰਚਲਤ ਹੋਈ ਤੇ ਜਿਹੜੇ ਸਮਾਜ ਨੇ ਇਹ ਪ੍ਰਿਤ ਪਾਈ ਇਹ ਕਿਵੇਂ ਹੋ ਸਕਦਾ ਕਿ ਉਹ ਸਮਾਜ ਖੁਦ ਵੱਜ ਜਾਏ ਕੀ ਕੀ ਹੋ ਸਕਦਾ ਕਰਮ ਤਾਂ ਫਲੇਗਾ ਕਰਮ ਦਾ ਨਤੀਜਾ ਵੀ ਨਿਕਲੇਗਾ ਤ੍ਰਿਤੀ ਚ ਕੋਈ ਹੋਰ ਭੁਗਤੇਗਾ ਕੇ ਜੋ ਕਰਮ ਕਰੇਗਾ ਉਹ ਹੀ ਨੀ ਤੀਜਾ ਭੁਗਤੇਗਾ ਹੁਣ ਸਥਿਤੀ ਐਨੀ ਬਦਲ ਗਈ ਹਾਲਾਤ ਇੰਨੇ ਬਦਲ ਗਏ ਕਿ ਅੱਜ ਜੱਟਾਂ ਦੀ ਜਵਾਨੀ ਜਿਹੜੀ ਐ ਸਭ ਤੋਂ ਵੱਧ ਕੁੜੀਆਂ ਮੁੰਡੇ ਜਿਹੜੇ ਜੱਟਾਂ ਦੇ ਐ ਉਹ ਸਭ ਤੋਂ ਵੱਧ ਸ਼ਿਕਾਰ ਆ ਨਸ਼ੇ ਦੇ ਤੁਸੀਂ ਕਿਹਨੇ ਪਿੰਡਾਂ ਪੰਡਿਤ ਪਿੰਡ ਚ ਕੌਣ ਐ ਤੁਸੀਂ ਦੇਖੋ ਜਾ ਕੇ ਜਲਾਹੇ ਨਸ਼ਾ ਕੱਟ ਕਰਦੇ ਆ ਤਖਾਨ ਨਟਦਾ ਨਸ਼ਾ ਕੱਟ ਕਰਦੇ ਆ ਨਾਈ ਝੌਰ ਕਬੋ ਇਹ ਨਸ਼ਾ ਬਹੁਤ ਕੱਟ ਕਰਦੇ ਆ ਇਹ ਪਿੰਡਾਂ ਚ ਰਹਿਣਾ ਲੈ ਲੋਕ ਹੈ ਮਜਬੀ ਨਸ਼ਾ ਕਰਦਾ ਹੈ ਚ ਮਾਰਨਾ ਚਾਹ ਕਰਦਾ ਕਿਉਂ ਕਿ ਇੱਕ ਕਿਸਾਨ ਦਾ ਜੱਟ ਦਾ ਸਰੀਰ ਇਹ ਡੜਿਆ ਰਿਹਾ ਔਰ ਖੇਤੀ ਤੇ ਨਿਰਭਰ ਰਿਹਾ ਇਹਦਾ ਮਤਲਬ ਹੈ ਕਿ ਖੇਤੀ ਹੈ ਜਿਹੜੀ ਉਹਦੇ ਨਾਲ ਜੁੜੇ ਲੋਕ ਆ ਜਿਹੜੇ ਉਹ ਨਸ਼ੇ ਦਾ ਸ਼ਕਰ ਹੋਏ ਤੇ ਜੇ ਮੱਝ ਵੀ ਤੇ ਚਮਾਰ ਜਿਹੜਾ ਨਸ਼ੇ ਦਾ ਸ਼ਕਰ ਹੋਇਆ ਤਾਂ ਜੱਟ ਆਪਣੇ ਆਪ ਨੂੰ ਕਿਵੇਂ ਬਚਾ ਕੇ ਰੱਖ ਸਕਦਾ ਜੱਟ ਵੀ ਤਾਂ ਖੇਤੀ ਕਰ ਰਿਹਾ ਨਾ ਇੱਕ ਕਿਸਾਨ ਫਸਲ ਬੀਜ ਰਿਹਾ ਦੂਜੇ ਨਸ਼ੇ ਬੀਜ ਰਿਹਾ ਨਸ਼ਾ ਸਰੀਰ 'ਚ ਬੀਜਿਆ ਜਾਂਦਾ ਹੈ ਖੇਤੀ ਜਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੋਰੀਆਂ ਭਿੰਡੀਆਂ ਨਹੀਂ ਲੱਗਣੀਆਂ। ਉਹਨੂੰ ਕੇਲੇ ਨਹੀਂ ਲੱਗਣੇ, ਸਲਤਰੇ ਮਾਲਟੇ ਨਹੀਂ ਲੱਗਣੇ। ਉਹਨੂੰ ਕੀ ਲੱਗੇਗਾ? ਜੋ ਬੀਜ ਕੇ ਆਏ ਤੁਸੀਂ। ਹੁਣ ਬੀਜਣ ਵਾਲੇ ਲੋਕ ਆ ਜਿਹੜੇ ਉਹ ਆਪਣੀ ਜ਼ਿੰਮੇਵਾਰੀ ਚੋਂ ਨਿਕਲ ਨਹੀਂ ਸਕਦੇ ਜਿੰਨਾ ਮਰਜੀ ਉਹ ਆਪਣੇ ਆਪ ਨੂੰ ਤੇੜਾ ਮਾਰੀ ਜਾਣ ਉਹ ਆਪਣੀਆਂ ਕਰਤੂਤਾਂ ਦਾ ਫਲ ਭੁਗਤਣਗੇ। ਕੋਈ ਰੱਬ ਕੋਈ ਧਰਮ ਉਹਨਾਂ ਨੂੰ ਨਹੀਂ ਬਚਾ ਸਕਦਾ। ਜਿਨ੍ਹਾਂ ਦੇ ਗਸਤਰੇ ਪਾਏ ਆ ਉਹਨਾਂ ਨੂੰ ਅਸੀਂ ਰੋਜ਼ ਦੇਖਦੇ ਆਂ ਠੇਕੇ ਦੇ ਉੱਤੋਂ ਸ਼ਰਾਬ ਪੀਂਦੇ ਆਂ ਉਹ ਰੋਜ਼ ਉਹ ਫੜੇ ਜਾਂਦੇ ਆਂ ਰੋਜ਼ ਲੋਕ ਉਹਨਾਂ ਨੂੰ ਗਾਲਾਂ ਦਿੰਦੇ ਪਿੰਡ ਦੇ ਹੀ ਮੁੰਡੇ ਠੇਕੇਦਾਰ ਵੀ ਗਸਤਰਾ ਪਾਇਆ ਵਾ ਤੇ ਦੇਖੋ ਇਹ 10 ਬੋਤਲਾਂ ਲੈ ਕੇ ਜਾ ਰਿਹਾ ਇਹ 5 ਬੋਤਲਾਂ ਲੈ ਕੇ ਜਾ ਰਿਹਾ ਇਹ ਹੁਣ ਸ਼ਰਾਬ ਪੀ ਜਾਂਦੇ ਆਂ ਅਸੀਂ ਰੋਜ਼ ਦੇਖਦੇ ਆਂ ਇਹ ਇਹ ਰੋਜ਼ ਦੀ ਕਹਾਣੀ ਐ ਇਹਦਾ ਮਤਲਬ ਆ ਕਿ ਕੋਈ ਧਰਮ ਤੁਹਾਨੂੰ ਜਜੋ ਤੁਹਾਡਾ ਈਸ਼ਵਰ ਜਿਹੜਾ ਉਹ ਤੁਹਾਨੂੰ ਨਸ਼ਾ ਤੋਂ ਨਹੀਂ ਬਚਾ ਸਕਦਾ ਔਰ ਇਹਦੀ ਵੀ ਵੱਡੀ ਗੱਲ ਕਿ ਜਿਹੜਾ ਕੋ ਕਰਮ ਕੀਤਾ ਗਿਆ ਤੇ ਜਿਹਨੇ ਕੀਤਾ ਉਹਦਾ ਪਰਿਵਾਰ ਉਹ ਖੁਦ ਉਹਦਾ ਸਮਾਜ ਇਹ ਭੁਗਤੇਗਾ ਕਿਵੇਂ ਨਹੀਂ ਭੁਗਤੇਗਾ ਉਹਦਾ ਨਤੀਜਾ ਲੈ ਨਿਕਲਿਆ ਇਹ ਮੇਰਾ ਵੀਰ ਜਿਹੜਾ ਵਿਦਵਾਨ ਹੈ ਉੱਚ ਕੋਟੀ ਦਾ ਪੰਜਾਬ ਦਾ ਵਿਦਵਾਨ ਹੈ ਮੈਨੂੰ ਨਾਂ ਭੁੱਲ ਗਿਆ ਵੀਰ ਦਾ ਮੈਂ ਬੜਾ ਇਹਦਾ ਇਹਨੂੰ ਬਹੁਤ ਧਿਆਨ ਨਾਲ ਸੁਣਦਾ ਹਾਂ पर मेनू दा ना चेते विसिमा दा जिक्र भी बहुत तारी कीता है। ते ये ਏਡਾ ਵੱਡਾ ਵਿਦਵਾਨ ਜਿਹੜੀ ਗੱਲ ਕਹਿ ਰਿਹਾ ਹੈ ਉਹਨੇ ਗੱਲ ਦੋ ਇੱਕ ਇੱਕ ਮਿੰਟ ਕੀਤੀ ਹੈ ਡੇਢ ਮਿੰਟ। ਪਰ ਮੈਂ ਆਦੀ ਕਹਾਣੀ ਜਿਹੜੀ ਹੈ ਇੱਕ ਘੰਟੇ ਚ ਦੱਸ ਰਿਹਾ ਤੁਹਾਨੂੰ। ਕਿਉਂਕਿ ਮੈਨੂੰ ਦੁੱਖ ਹੈ। ਜੇ ਜਟਾ ਦੇ ਮੁੰਡੇ ਨਸ਼ਾ ਕਰਦੇ ਆ ਕੀ ਮੇਰੇ ਨਹੀਂ ਲੱਗਦੇ ਉਹ ਕੁਛ। ਇਹ ਬੱਕਰੀ ਗੱਲ ਆ ਕਿ ਜੱਟ ਤਾਂ ਇਹ ਕਹਿ ਸਕਦਾ ਨਾ ਕਿ ਮੇਰਾ ਇਹ ਕੀ ਲੱਗਦਾ ਵੇ ਸਾਰਾ ਸ਼ੂਤ ਮੇਰਾ ਕੀ ਲੱਗਦਾ ਮੈਂ ਜੱਟ ਹੁੰਨਾ ਮੈਂ ਢਿੱਲੋਂ ਹੁੰਨਾ ਮੈਂ ਬਰਾੜ ਹੁੰਨਾ ਮੈਂ ਗੱਲ ਹੁੰਨਾ ਇਹ ਗੁੱਲ ਹੈ ਅਸੀਂ ਗੱਲ ਹੈ ਜਣੀ ਅਸੀਂ ਤਾਂ ਗੁੱਲਾਂ 'ਚ ਸ਼ਾਮਲ ਹੋ ਗਏ ਇਹ ਗੱਲ ਹੋ ਗਏ ਇਹ ਬਰਾੜ ਹੋ ਗਏ ਅਸੀਂ ਪਰਾੜ ਹੋ ਗਏ ਹੁਣ ਗੱਲ ਤਾਂ ਸਮਝ ਲੱਗਦੀ ਆ ਨਾ ਪਰ ਜੇ ਮਨੁੱਖੀ ਰਿਸ਼ਤੇ ਦੇ ਤੌਰ ਤੇ ਦੇਖੀਏ ਕਿ ਜੱਟ ਜਿਹੜਾ ਮਨੁੱਖ ਹੈ ਪਰ ਮੈਂ ਵੀ ਮਨੁੱਖ ਹੈ ਮੇਰਾ ਉਹਦਾ ਨਾਲ ਰਿਸ਼ਤਾ ਤਾਂ ਵੱਡਾ ਹੈ ਅਸੀਂ ਇਕੱਠੇ ਜੰਮੇ ਆਂ ਅਸੀਂ ਪਿੰਡ ਦੀਆਂ ਗਲੀਆਂਾਂ 'ਚ ਜੰਮੇ ਆਂ ਪਿੰਡ ਦੀਆਂ ਗਲੀਆਂਾਂ 'ਚ ਖੇਡੇ ਆਂ ਅਸੀਂ ਅਸੀਂ ਪਿੰਡ ਦਾ ਪਾਣੀ ਪੀਤਾ ਹੈ ਅਸੀਂ ਪਿੰਡ ਦੀ ਕਣ ਖਾਧੀ ਹੈ ਅਸੀਂ ਪਿੰਡ ਦੀ ਮੱਕੀ ਖਾਧੀ ਹੈ ਅਸੀਂ ਪਿੰਡ ਦੀਆਂ ਦਾਲਾਂ ਖਾਧੀਆਂ ਆਂ ਅਸੀਂ ਪਿੰਡ ਦਾ ਜੋ ਵੀ ਜੀਵਨ ਹੈ ਉਹਨੂੰ ਇਕੱਠਿਆਂ ਜਿਉਂਿਆ ਆਂ ਤਾਂ ਫਿਰ ਸਾਡਾ ਰਿਸ਼ਤਾ ਕਿਵੇਂ ਨਹੀਂ ਹੋਇਆ ਤਾਂ ਮੇਰੇ ਵੀਰੋ ਮੈਂ ਤੁਹਾਨੂੰ ਇੱਕ ਕਹਿਣਾ ਚਾਹੁੰਦਾ ਹੈ ਕਿ ਮੇਰਾ ਸਮਾਜ ਮੇਰੇ ਲੋਕ ਚਾਹੇ ਉਹ ਮੰਨਣ ਜਾਂ ਨਾ ਮੰਨਣੋ ਮੇਰੇ ਲੋਕ ਹੈ ਉਹ ਅਗਰ ਬਰਬਾਦ ਹੋਏ ਆ ਔਰ ਇਸ ਕਦਰ ਪਰਵਾਦ ਹੋਇਆ ਕਿ ਉਹਨਾਂ ਦੇ ਸਪਰਮ ਜਿਹੜੇ ਉਹ ਵੀਰ ਦੱਸ ਰਿਹਾ ਕਿ 45% ਸਪਰਮ ਜਿਹੜੇ ਜ਼ਰੂਰੀ ਆ ਬੱਚਾ ਪੈਦਾ ਕਰਨ ਵਾਸਤੇ ਔਰ ਪੰਜਾਬ ਦੇ ਜਵਾਨਾਂ ਦੇ ਵਿੱਚ ਸਰਵੇ ਕਰਨ ਤੋਂ ਬਾਅਦ ਪਤਾ ਲੱਗਿਆ ਕਿ 18% ਸਪਰਨ ਸਪਰਮ ਰਹਿ ਗਿਆ ਹੈ। ਔਰ ਉਹ ਨਕਲੀ ਸਪਰਮ ਜਿਹੜੇ ਕਿਸੇ ਦੇ ਆ ਇਹ ਜੋ ਬੱਚੇ ਪੈਦਾ ਕਰਨ ਲੱਗੇ ਹੋਏ ਆ। ਇਹਦਾ ਮਤਲਬ ਔਰਤ ਵੀ ਅਰੇ ਔਰਤ ਨੂੰ ਕਿਸ ਗਲਤੀ ਸਜ਼ਾ ਦੇ ਰਹੇ ਤੁਸੀਂ? ਵੱਡਿਓ ਸਿਆਣਿਓ ਉਹ ਵੱਡਿਓ ਚੌਧਰੀਓ ਸ਼ਰਮ ਕਰੋ ਤੁਸੀਂ। ਇਹ ਮਾਂ ਨੂੰ ਸਜ਼ਾ ਪਾਉਣ ਨੂੰ ਸਜ਼ਾ ਤੀਹ ਨੂੰ ਸਜ਼ਾ ਬਹੁ ਨੂੰ ਸਜ਼ਾ ਕਾਦੀ ਦੇ ਰਹੇ ਤੁਸੀਂ? ਕਰਤੂਤਾਂ ਤੁਸੀਂ ਮਾਰੀਆਂ ਕੀਤੀਆਂ ਫਰਕ ਕੀ ਹੈ ਕਿ ਜਦ ਤੁਸੀਂ ਕਰਤੂਤਾਂ ਕਰਦੇ ਸੀ ਤੁਹਾਡੀ ਮਾਂ ਨੇ ਤੁਹਾਨੂੰ ਵਰਜਿਆ ਨਹੀਂ ਮੈਂ ਜਾਣਦਾ ਹਾਂ ਮੈਂ ਆਪਣੀਆਂ ਮਾਮਾ ਨੂੰ ਵੀ ਜਾਣਦਾ ਹੈ ਤੁਹਾਡੀਆਂ ਮਾਮਾ ਨੇ ਤੁਹਾਨੂੰ ਵਰਜਿਆ ਨਹੀਂ ਉਹਦੇ ਘਰ ਵਾਲਾ ਵੀ ਸ਼ਰਾਬ ਪੀਂਦਾ ਸੀ ਉਹਦਾ ਦਿਉਰ ਵੀ ਸ਼ਰਾਬ ਪੀਂਦਾ ਸੀ ਉਹਦਾ ਜੇਠ ਵੀ ਸ਼ਰਾਬ ਪੀਂਦਾ ਸੀ ਉਹਦਾ ਸਹੁਰਾ ਵੀ ਸ਼ਰਾਬ ਪੀਂਦਾ ਸੀ ਉਹ ਵਰਜਣ ਦੇ ਕਾਬਲ ਨਹੀਂ ਸੀ ਦਦੀ ਨਹੀਂ ਸੀ ਵਰਜਦੀ ਚਲ ਕੋਈ ਨਹੀਂ ਹਟ ਜੂਗਾ ਆਪੇ ਜੇ ਮੁੰਡੇ ਉਸ ਕੰਮ ਲੱਗੇ ਜੇ ਕਿਸੇ ਨੇ ਵਰਜਿਆ ਵੀ ਤਾਂ ਦੂਜੇ ਨੇ ਉਹਨੂੰ ਰੋਕਤਾ ਉਹ ਸਵਾਲ ਇਸ ਕਲਤਾ ਹੈ ਕਿ ਸਾਡੀਆਂ ਕਰਤੂਤਾਂ ਜਿਹਦੀ ਸਜ਼ਾ ਭੁਗਤਣੀਆਂ ਸੀ ਉਹਦੀ ਸਜ਼ਾ ਔਰਤ ਕਿਉਂ ਭੁਗਤੇ औरत जिम्मेवार नहीं है ना सा बहू जिम्मेवार है ना सा जिम्मेवार है ना सा भैन जिम्मेवार है ना सा चाची जिम्मेवार है ना तई जिम्मेवार है ना मासी जिम्मेवार है ना दादी जिम्मेवार है ना अंबो जिम्मेवार है कौन जिम्मेवार है बंदा तो बंदे दतूत की सजा औरत रही है इदू व ਦੁਸ਼ਮਣੀ ਐਡੂ ਵੱਡੀ ਦੁਸ਼ਮਣੀ ਬੰਦਾ ਕੀ ਕਰ ਸਕਦਾ ਕਿਸੇ ਨਾਲ ਔਰ ਵੱਡੀ ਗੱਲ ਇਹ ਆ ਕਿ ਬੰਦਾ ਇੰਨਾ ਬੇਸ਼ਰਮ ਆ ਸਾਡਾ ਬੰਦਾ ਮੈਂ ਇਹ ਕਹਿਣਾ ਹੈ ਸਾਡਾ ਬੰਦਾ ਇੰਨਾ ਬੇਸ਼ਰਮ ਆ ਠੀਠ ਹੈ ਕਿ ਗੰਦੇ ਤੋਂ ਗੰਦੇ ਗਾਣੇ ਇਹ ਸਭ ਤੋਂ ਵੱਡਾ ਰਚਾ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਚੱਲ ਰਿਹਾ ਅੱਧੀ ਰਾਤ ਮੇਰਾ ਮੇਰਾ ਕਾਰ ਸੜਕ ਦੇ ਉੱਤੇ ਆ ਅੱਧੀ ਰਾਤ ਡਾਇਰੈਕਟਰ ਆਣਦੇ ਸੜੇ ਗਾਣੇ ਰਾਤ ਦੇ 2 ਵਜੇ 1 ਵਜੇ 12 ਵਜੇ ਸੁਣ ਸੁਣ ਕੇ ਮਾ ਹੱਕ ਗਿਆ ਮੇਰੇ ਵੀਰੋ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਸਾਰਾ ਕੁਝ ਉਹ ਜਿਹੜੀਆਂ ਪਿੰਡਾਂ ਦੀਆਂ ਬੱਸਾਂ ਨਿਕਲਦੀਆਂ ਹਨ ਵਿੰਨੀ ਬੱਸਾਂ ਪ੍ਰਾਈਵੇਟ ਬੱਸਾਂ ਜਿਹੜੀਆਂ ਪਿੰਡਾਂ ਚ ਆਉਂਦੀਆਂ ਐਡੇ ਸੜੇ ਹਾਰ ਨਾ ਉਹਨਾਂ ਦੇ ਕਾਲਜਾ ਖੜ ਦੇ ਦਿੰਦੇ ਆ ਮਿੱਤਰੋ ਕਾਲਜਾ ਜਿਨ੍ਹਾਂ ਦੇ ਬੁੱਧੀ ਹੁੰਦੀ ਹੈ ਨਾ ਜਿਨ੍ਹਾਂ ਦੇ ਅਕਲ ਹੁੰਦੀ ਹੈ ਜਿਹੜੇ ਗਧੇ ਨਹੀਂ ਹੁੰਦੇ ਉਹ ਸੋਚਦੇ ਆ ਕਿ ਮੇਰਾ ਮੇਰੇ ਸਮਾਜ ਦਾ ਮੇਰੇ ਲੋਕਾਂ ਦਾ ਜੀਵਨ ਹੈ ਉਹ ਤੈਸ ਨੈਸ ਨਾ ਹੋਵੇ ਇਹ ਜਿਹੜੇ ਪੁੱਠੀ ਖੋਪੜੀ ਵਾਲੇ ਲੋਕ ਹੈ ਪੰਜਾਬ ਨੇ ਜੰਮੇ ਆ ਇਹਨਾਂ ਨੇ ਪੰਜਾਬ ਦਾ ਜੀਵਨ ਤੈਸ ਨੈਸ ਕਰਤਾ ਔਰ ਏਡੇ ਬਿਸ਼ਰਮ ਹੈ ਏਡੇ ਢੀਠ ਹੈ ਇਹ ਡੇਕ ਪੱਤੇ ਆ ਇਹ ਕਿ ਤੁਸੀਂ ਇਹਨਾਂ ਨੂੰ ਰੋਕਣ ਦੇ ਕਾਬਿਲ ਨਹੀਂ ਆ ਕੋਈ ਨਹੀਂ ਰੋਕ ਸਕਦਾ ਇਹਨਾਂ ਨੂੰ ਇਹ ਕਾਲਜੇ ਤੂ ਦਿੰਦਿਆ ਇਹਨਾਂ ਨੂੰ ਕੀ ਪਤਾ ਹੈ ਕਿ ਮਾਂ ਦੀ ਇੱਜ਼ਤ ਧੀ ਦੀ ਇੱਜ਼ਤ ਭੈਣ ਦੀ ਇੱਜ਼ਤ ਬਹੂ ਦੀ ਇੱਜ਼ਤ ਪੋਤੀ ਦੀ ਇੱਜ਼ਤ ਦੋਤੀ ਦੀ ਇੱਜ਼ਤ ਕੀ ਹੁੰਦੀ ਹੈ ਤਾਂ ਭੁੱਲ ਗਏ ਇਹਨਾਂ ਦੀਆਂ ਕਰਤੂਤਾਂ ਨੇ ਸਤਿਆਨਾਸ਼ ਕੀਤਾ ਸਾਡਾ ਸਾਰਾ ਤੇ ਜਿਨ੍ਹਾਂ ਨੇ ਸਤਿਆਨਾਸ਼ ਕੀਤਾ ਇਹਨਾਂ ਦੇ ਗਾਣੇ ਬੱਸਾਂ ਦੇ ਵਿੱਚ ਟਿੱਪਾਂ 'ਚ ਘਰ-ਘਰ ਟਰੈਕਟਰਾਂ ਦੇ ਉੱਤੇ বাজਦੇ ਆ ਜਿਹੜੀ ਇਹਨੇ ਠੀਟ ਐ ਐਨੇ ਬੇਚਰਮ ਐ ਕਿ ਇਹਨਾਂ ਦੇ ਗਾਣੇ ਪਿੰਡਾਂ ਦੇ ਵਿੱਚ ਘਰਾਂ 'ਚ ਇਹਨਾਂ ਦੇ ਟਰੈਕਟਰਾਂ ਦੇ ਉੱਤੇ ਇਹਨਾਂ ਦੀਆਂ ਦਾਣਾ ਮੰਡੀਆਂ 'ਚ ਇਹਨਾਂ ਦੇ ਵਿਆਹਾਂ 'ਚ ਡੀਜੇ ਲਾ ਕੇ ਇਹਨਾਂ ਦੇ ਮੈਰਿਜ ਪੈਲਸਾਂ 'ਚ ਅੱਧੇ ਅੱਧੇ ਰਾਤ ਤੱਕ ਵੱਜਦੇ ਆ ਨਾ ਧੀ ਰੋਕਦੀ ਆ ਨਾ ਮਾਂ ਰੋਕਦੀ ਆ ਨਾ ਭੈਣ ਰੋਕਦੀ ਆ ਨਾ ਦਾਦੀ ਰੋਕਦੀ ਆ ਨਾ ਪੂਆ ਰੋਕਦੀ ਆ ਨਾ ਚਾਚੀ ਰੋਕਦੀ ਆ ਨਾ ਤਾਈ ਰੋਕਦੀ ਆ ਨਾ ਬਾਬਾ ਰੋਕਦਾ ਨਾ ਪਿਓ ਰੋਕਦਾ ਹੈ ਨਾ ਚਾਚਾ ਰੋਕਦਾ ਨਾ ਤਾਇਆ ਰੋਕਦਾ ਨਾਂਢੀ ਰੋਕਦਾ ਨਾ ਗਵਾਂਢੀ ਰੋਕਦਾ ਇਹਦੀਆਂ ਕਰਤੂਤਾਂ ਦੀ ਸਜ਼ਾ ਕੌਣ ਪੂਰਤੇਗਾ ਮੈਂ ਅਸਲ ਵਿੱਚ ਕਹਿਣਾ ਕੀ ਚਾਹੁੰਦਾ ਹੈ ਕਿ ਕਰਤੂਤਾਂ ਮਾਰੀਆਂ ਅਸੀਂ ਕਰੀਏ ਤੇ ਸਜ਼ਾ ਕੋਈ ਹੋਰ ਭੁਗਤੇ ਇਹ ਕਿਸੇ ਕਾਨੂੰਨ ਚ ਨਹੀਂ ਇਹ ਕਿਸੇ ਰੱਬ ਦੇ ਕਾਨੂੰਨ ਚ ਨਹੀਂ ਹੈ ਇਹ ਕੁਦਰਤ ਦੇ ਕਿਸੇ ਕਾਨੂੰਨ ਚ ਨਹੀਂ ਹੈ ਤਾਂ ਮੇਰੇ ਵੀਰੋ ਜਿੱਥੋਂ ਤੱਕ ਹੋ ਸਕੇ ਮੇਰੀ ਗੱਲ ਪਚਾਓ ਸ਼ਾਇਦ ਕੋਈ ਸ਼ਰਮ ਕਰੇ ਕੋਈ ਕੋਈ ਇਸ ਬਿਸ਼ਰਮੀ ਚੋਂ ਬਾਹਰ ਨਿਕਲ ਆਏ ਸ਼ਾਇਦ ਅਸੀਂ ਆਪਣੇ ਲੋਕਾਂ ਦਾ ਜੀਵਨ ਬਦਲ ਸਕੀਏ ਤੇ ਜਦੋਂ ਮੈਂ ਬੋਲ ਰਿਹਾ ਮੈਨੂੰ ਕਿਸੇ ਨਾਲ ਚਿਰਨੀ ਹੈ ਜੇ ਜੱਟਾਂ ਦੇ ਮੁੰਡੇ ਅੱਜ ਸਭ ਤੋਂ ਭੈੜੀ ਹਾਲਤ 'ਚ ਹੈ ਤਾਂ ਦਰਦ ਵੇਲੇ ਉਹ ਮੈਨੂੰ ਉਨਾ ਹੀ ਹੈ ਜਿੰਨਾ ਕਿਸੇ ਨੂੰ ਹੋ ਸਕਦਾ ਹੈ ਉਹ ਬੇਰੇ ਲੋਕ ਹੈ ਅਸੀਂ ਪੰਜਾਬ ਦਾ ਪਾਣੀ ਪੀਤਾ ਹੈ ਅਸੀਂ ਪੰਜਾਬ ਦੀ ਕਣਕ ਖਾਧੀ ਐ ਅਸੀਂ ਪੰਜਾਬ ਦੀ ਮੱਕੀ ਖਾਧੀ ਐ ਅਸੀਂ ਪੰਜਾਬ ਦੀਆਂ ਸੜਕਾਂ ਤੇ ਤੁਰਦੇ ਆਂ ਅਸੀਂ ਪੰਜਾਬ ਦੇ ਲੋਕ ਐ ਪੰਜਾਬ ਦੀ ਮਿੱਟੀ 'ਚ ਜੰਮੇ ਹੋਏ ਲੋਕ ਐ ਸਾਡੀ ਸਾਂਝ ਐ ਇਹ ਬਕਰੀ ਗੱਲ ਐ ਕਿ ਗੱਲ ਬਰਾੜ ਧਾੜੀ ਵਾਲ ਹੋ ਕੇ ਸਾਡਾ ਹੰਕਾਰ ਨੀਵਾ ਨਹੀਂ ਹੁੰਦਾ ਪਰ ਸਚਾਈ ਇਹ ਨਹੀਂ ਐ ਸਚਾਈ ਤਾਂ ਇਹ ਐ ਕਿ ਅਸੀਂ ਮਨੁੱਖ ਐ ਭੈਣ ਭਰਾਵਾਂ ਵਰਗੇ ਲੋਕ ਐ ਇੱਕੋ ਥਾਂ ਜੰਮੇ ਇੱਕੋ ਮਿੱਟੀ ਦੇ ਇੱਕੋ ਕੁਦਰਤ ਦੇ ਇੱਕੋ ਜੇ ਤਤ ਲੈ ਕੇ ਜੰਮੇ ਲੋਕ ਐ ਜੇ ਮਾੜੀਆਂ ਕਰਤੂਤਾ ਕਰਦੇ ਤਾਂ ਉਹਦੀ ਸਜ਼ਾ ਵੀ ਅਸੀਂ ਭੁਗਤਣੀ ਐ ਚੰਗੇ ਕੰਮ ਕਰਨੇ ਤਾਂ ਸਜ਼ਾ ਅਸੀਂ ਭੁਗਤਣੀ ਐ ਇਹ ਜੋ ਵੀਰ ਕਹਿ ਰਿਹਾ ਇਹ ਸਾਡੀਆਂ ਕਰਤੂਤਾਂ ਦਾ ਨਤੀਜਾ ਹੈ ਤੁਮੈਂ ਵੀਰੋ ਬੇਨਤੀ ਕਰੂੰਗਾ ਇਹ ਬੇਰੀ ਗੱਲ ਇਹ ਕਰੋੜਾਂ ਲੋਕਾਂ ਤੱਕ ਪਹੁੰਚਦੀ ਕਰ ਦਿਓ ਖਬਰੇ ਕੋਈ ਪਲਾ ਆਦਮੀ ਇਹਨੂੰ ਸੁਣ ਕੇ ਕਿਤੇ ਸ਼ਰਮ ਕਰ ਜਾਏ ਜੈ ਭੀਮ ਜੈ 파ਰਤ ਨਮੋ ਬੁੱਧਾ